ਅਸਾਲਤ ਪੰਦਾ ਤਿਸ ਲਗੇ ਹਰ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧਿਆਸ ਆਸਾੜਤ ਪੰਦਾ ਤਿਸ ਲਗੇ ਹਰ ਨਾਉਣ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧਿਆਸ ਇਹ ਬਾਰਾਂਵਾਂ ਮਹਾਰਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਦੇ ਮਹੀਨਿਆਂ ਦੀ ਸਿਰ ਮਿਸਾਲ ਹੈ। ਇਹ ਸਾਰੇ ਮਹੀਨੇ ਮਨੁੱਖ ਜਨਮ 'ਤੇ ਕੱਟਦੇ ਹੈ। ਗੁਰੂ ਸਾਹਿਬ ਜੀ ਆਦ ਦੇ ਮਹੀਨੇ ਦਾ ਵਰਣਨ ਕਰ ਰਹੇ ਹੈ। ਇਹਦੀ ਗਰਮੀ, ਇਹਦੀ ਤਪਸ਼ ਕਿਹਨੂੰ ਲੱਗੇਗੀ ਜਿਹਦੇ ਪਾਸ ਨਾਮ ਨੇ। ਔਰ ਪ੍ਰਭੂ ਪਰਮਾਤਮਾ ਨੂੰ ਵਸਾਰ ਦਿੱਤਾ ਔਰ ਅਸੀਂ ਦੁਨੀਆਂ ਦੇ ਇਸ ਦਲਦਲੇ 'ਚ ਫਸ ਗਏ, ਦੁਨੀਆਂ ਦੀ ਮੋਹ ਮਾਇਆ 'ਚ ਫਸ ਗਏ, ਦੁਨੀਆਂ ਦੀ ਅਗਨ ਵਿੱਚ ਫਸ ਗਏ ਔਰ ਉਸ ਮਾਲਕ ਨੂੰ, ਸੱਚੇ ਮਾਲਕ ਨੂੰ ਵਸਾਰ ਦਿੱਤਾ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਉਹਨਾਂ ਨੂੰ ਹਾੜ ਦਾ ਮਹੀਨਾ, ਉਹਨਾਂ ਨੂੰ ਗਰਮੀ ਹੈ ਕਿ ਜਿਹਨਾਂ ਦੇ ਅੰਦਰ ਨਾਮ ਨੇ, ਜਿਹਨਾਂ ਨੂੰ ਕੋਈ ਮੁਰਸ਼ਦ ਨਹੀਂ ਮਿਲਿਆ ਔਰ ਜਿਹਦੇ ਪਾਸ ਉਹ ਸ਼ਬਦ ਨਹੀਂ। ਇਸ ਗਰਮੀ ਦਾ ਅਸੀਂ ਇਲਾਜ ਕਰ ਸਕਦੇ ਹਾਂ। ਬਾਹਰ ਦੀਆਂ ਗਰਮੀਆਂ ਦਾ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਕਈ ਇਲਾਜ ਅਸੀਂ ਪੱਖੇ ਵੀ ਲਾ ਲੈਂਦੇ ਹਾਂ, ਏਸੀ ਲਾ ਲੈਂਦੇ ਹਾਂ, ਬਰਫ਼ਾਂ ਠੰਡੇ ਮਿੱਠੇ ਪਾਣੀ ਪੀ ਲੈਂਦੇ ਹਾਂ। ਉਹ ਜਿਹੜੀ ਸਾਡੇ ਅੰਦਰ ਗਰਮੀ ਹੈ, ਸੰਤ ਉਹਦਾ ਵਰਣਨ ਕਰਦੇ ਹੈ, ਉਸ ਦਾ ਕੋਈ ਇਲਾਜ ਨਹੀਂ ਬਗੈਰ ਨਾਮ ਦੇ, ਬਗੈਰ ਮੁਰਸ਼ਦ ਦੇ। ਸਾਡੇ ਅੰਦਰ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗਰਮੀ ਪੈ ਰਹੀ ਹੈ, ਉਸ ਦਾ ਕੋਈ ਵੀ ਇਲਾਜ ਨਹੀਂ ਸਵਾਏ ਨਾਮ ਦੇ, ਭਜਨ ਸਿਮਰਨ ਦੇ, ਸਾਧ ਸੰਗਤ ਦੀ ਸੇਵਾ। ਬਗੈਰ ਨਾਮ ਦੇ ਉਹ ਗਰਮੀਆਂ ਜਾ ਨਹੀਂ ਸਕਦੀ ਔਰ 84 ਵੀ ਚਲੇ ਜਾਵਾਂਗੇ ਖੋਟੇ ਕਰਮ ਦੁਨੀਆਂ ਦੇ ਕਰਕੇ। 84 ਦੇ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਸਾਨੂੰ ਬਣਨਾ ਪਏਗਾ। ਗਰਮੀ ਦਾ ਸਾਨੂੰ ਉਸ ਵਕਤ ਪਤਾ ਲੱਗਣਾ ਜਦ ਅਸੀਂ ਦੂਸਰੀਆਂ ਜੂਨਾਂ ਵਿੱਚ ਗਏ ਕਿ ਅਸੀਂ ਇਸ ਜਨਮ ਦੇ ਵਿੱਚ ਕੀ ਕੀਤਾ ਹੈ, ਕਿਹੜੇ ਕਿਹੜੇ ਕਰਮ ਕੀਤੇ ਆ, ਉਹਨਾਂ ਦਾ ਕੀ ਭੁਗਤਾਨ ਭੁਗਤਾ ਰਹੇ। ਹਜ਼ੂਰ ਕਈ ਵਾਰ ਇਹ ਫਰਮਾਉਂਦੇ ਹੁੰਦੇ ਸੀ, ਤੁਸੀਂ ਟਾਂਗੇ ਦੇ ਘੋੜੇ ਨੂੰ ਪੁੱਛੋ, ਗਰਮੀ ਦੀ ਵਾਰ ਆਉਂਦੀ ਹੈ, 5-7 ਸਵਾਰੀਆਂ ਲੱਦੀਆਂ ਹੁੰਦੀਆਂ ਨੇ, ਮਾਲਕ ਉਹਨਾਂ ਨੂੰ ਮਾਰਦਾ ਹੈ, ਸਵਾਰੀਆਂ ਨੂੰ ਵੀ ਕੋਈ ਪਤਾ ਨਹੀਂ, ਸਵਾਰੀਆਂ ਦਾ ਖਿਆਲ ਵੀ ਹੈ ਕਿ ਅਸੀਂ ਛੇਤੀ ਆਪਣੀ ਮੰਜ਼ਿਲ 'ਤੇ ਪਹੁੰਚੀਏ, ਆਪਣੇ ਘਰਾਂ ਨੂੰ ਜਾਈਏ।
ਘੋੜੇ ਦਾ ਮਾਲਕ ਜਿਹੜਾ ਉਹਨੂੰ ਮਾਰਦਾ ਹੈ ਕਿ ਛੇਤੀ ਅੱਡੇ ਤੇ ਜਾ ਕੇ ਹੋਰ ਸਵਾਰੀਆਂ ਲਈਏ, ਲੇਕਿਨ ਉਹਦੇ ਦੁੱਖ ਦਾ ਕਿਸੇ ਨੂੰ ਪਤਾ ਨਹੀਂ। ਇੱਕ ਇੱਕ ਸਵਾਸ ਜਿਹੜਾ ਉਸ ਦਾ ਲੰਘਦਾ ਹੈ, ਬਹੁਤ ਦੁੱਖਾਂ ਦਾ ਸਵਾਸ। ਨਾਲੇ ਮਾਰ ਖਾਣਾ ਪੈਂਦੀ ਹੈ, ਮੁੜਕਾ ਆਉਂਦਾ ਹੈ, ਪਿਆਸ ਲੱਗੀ ਹੁੰਦੀ ਹੈ, ਗਰਮੀ ਹੁੰਦੀ ਹੈ, ਵਜਨ ਨੂੰ ਖਿੱਚਣਾ ਹੁੰਦਾ ਹੈ, ਇਹ ਹਾਲਤ ਉਸ ਦੀ ਹੋ ਜਾਂਦੀ। ਉਹ ਗਰਮੀ ਜਿਹੜੀ 84 ਦੀ ਹੈ ਉਹਦਾ ਇਲਾਜ ਕੋਈ ਸਵਾਏ ਨਾਮ ਦੇ ਸਾਡਾ ਕੋਈ ਬਚਾਓ ਨਹੀਂ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾਰੇ ਠੀਕ ਫਰਮਾਰੇ ਹੈ, ਇਹ ਮਹੀਨੇ ਸਾਰੇ ਮਨੁੱਖਾ ਜਨਮ 'ਤੇ ਹੀ ਕਰਦੇ। ਸੰਤਾਂ ਦਾ ਮਕਸਦ ਕੀ ਹੈ ਕਿ ਕਿਸੇ ਨਾ ਕਿਸੇ ਚੀਜ਼ ਦਾ ਇਸ਼ਾਰਾ ਦੇ ਕੇ ਜੀਵ ਨੂੰ ਸਮਝਾਉਣਾ। ਇੱਦਾਂ ਅਸੀਂ ਸਿੱਧੇ ਸਮਝ ਨਹੀਂ ਸਕਦੇ, ਮਹੀਨਿਆਂ ਦਾ ਇਸ਼ਾਰਾ ਦੇ ਕੇ ਗੁਰੂ ਸਾਹਿਬ ਜੀ ਸਮਝਾ ਰਹੇ ਹੈ। ਜਿਹਨਾਂ ਮਹੀਨਿਆਂ 'ਚ ਗਰਮੀ ਪੈ ਰਹੀ ਹੈ, ਕਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ, ਲੇਕਿਨ ਇਹ ਬਾਹਰ ਦੀ ਗਰਮੀ ਹੈ, ਇਹਦੇ ਇੰਤਜ਼ਾਮ ਕੀਤੇ ਹੈ ਅਸੀਂ ਕਈ, ਅੰਦਰ ਦੀ ਗਰਮੀ ਦਾ ਗੁਰੂ ਸਾਹਿਬ ਜੀ ਫਰਮਾ ਰਹੇ। ਹਾਂਜੀ, ਅਸਾਲਤ ਪਾਂਦਾ ਤਿਸ ਲਗੇ ਹਰ ਨਾਉਣ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧਿਆਸ ਦੂਜੇ ਪਾਏ ਬੇਗੁੱਚੀਏ ਗੱਲ ਪਈ ਸੋ ਜਮ ਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਹੇ ਹੈ, ਹੈ ਪੁਰਸ਼ ਜੋ ਬੀਜੇਗਾ ਸੋਤਿਆਂ ਨੂੰ ਖਾਣਾ ਪਏ, ਜੋ ਤੂੰ ਕਰਮ ਕਰੇਗਾ ਸੋਤਿਆਂ ਨੂੰ ਭੁਗਤਣਾ ਪਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹੈ, ਆਪੇ ਬੀਜੋ ਆਪੇ ਖਾਓ, ਨਾਨਕ ਹੁਕਮੇ ਆਓ ਤੇ ਜਾਓ। ਜੈਸਾ ਜੈਸਾ ਅਸੀਂ ਕਰਮ ਕਰਾਂਗੇ ਵੈਸਾ ਸਾਨੂੰ ਭੁਗਤਣਾ ਪਏਗਾ, ਕਰਮ ਸਾਨੂੰ ਭੁਗਤਣਾ ਹੀ ਪਏਗਾ। ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਕੀਤਾ ਹੋਇਆ ਕਰਮ ਭੁਗਤਾਂਗੇ ਨਹੀਂ। ਇਹ ਬੜੇ ਬੜੇ ਰਿਸ਼ੀਆਂ ਮੁਨੀਆਂ ਨੇ ਵੀ ਭੁਗਤਿਆ, ਬੜੇ ਬੜਿਆਂ ਨੇ ਕਰਮ ਕੀਤਾ ਹੋਇਆ ਭੁਗਤਿਆ। ਇਸੇ ਵਾਸਤੇ ਸੰਤ ਮਹਾਂਪੁਰਖ ਸਮਝਾਉਂਦੇ ਹੈ ਕਿ ਭਾਈ ਤੂੰ ਐਸਾ ਕੋਈ ਕਰਮ ਹੀ ਨਾ ਕਰ ਕਿ ਜਿਹੜਾ ਤੈਨੂੰ ਅੱਗੇ 84 ਵਿੱਚ ਭੁਗਤਾਨ ਭੁਗਤਾਨਾ ਪਏ, ਤੈਨੂੰ ਇਸ ਮਨੁੱਖਾ ਜਨਮ ਝੂਠਾਂ ਜਾ ਕੇ ਦੁੱਖ ਪਾਉਣਾ ਪਏ, ਤੂੰ ਐਸਾ ਕਰਮ ਨਾ ਕਰ। ਉਹ ਸਾਨੂੰ ਇਹੀ ਸਮਝਾਉਂਦੇ ਹੈ, ਤੂੰ ਚੋਰੀਆਂ ਠੱਗੀਆਂ ਫਰੇਬਕਾਰੀਆਂ ਛੱਡ ਦੇ ਔਰ ਭਜਨ ਸਿਮਨ ਕਰ, ਈਸ਼ਵਰ ਦੀ ਭਗਤੀ ਕਰ, ਸਾਧ ਸੰਗਤ ਦੀ ਸੇਵਾ ਕਰ। ਮਹਾਂਪੁਰਖ ਸਾਨੂੰ ਆ ਕੇ ਹੀ ਸਮਝਾਉਂਦੇ ਹੈ, ਉਹ ਸਾਨੂੰ ਇਹਨਾਂ ਕਰਮਾਂ ਤੋਂ ਬਚਾਉਂਦੇ ਹੈ, ਲੇਕਿਨ ਅਸੀਂ ਬਾਰੰਬਾਰ ਫਿਰ ਵੀ ਕਰਮ ਕਰਦੇ ਹਾਂ। ਹਾਂਜੀ,
ਦੂਜੇ ਪਾਏ ਬੇਗੁੱਚੀਏ ਗੱਲ ਪਈ ਸੋ ਜਮ ਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ। ਇੱਕ ਪਰਮਾਤਮਾ ਨੂੰ ਅਸੀਂ ਵਿਸਾਰ ਦਿੰਦੇ ਹਾਂ, ਦੂਜੀ ਮਾਇਆ ਔਰ ਇੱਕ ਈਸ਼ਵਰ ਦਾ ਨਾਮ। ਸ਼ਬਦ ਕਹਿ ਦਿਓ, ਨਾਮ ਕਹਿ ਦਿਓ ਔਰ ਦੂਜੀ ਮਾਇਆ, ਅਸੀਂ ਦੂਜੀ ਮਾਇਆ ਦੇ ਵੱਲ ਹੋ ਜਾਂਦੇ ਹਾਂ ਕਿ ਜੋ ਅਸਲੀ ਚੀਜ਼ ਹੈ ਬਣਾਉਟੀ ਚੀਜ਼ ਵੱਲ ਹੋ ਜਾਂਦੇ, ਜੋ ਅਸਲੀ ਉਹਨੂੰ ਵਿਸਾਰ ਦਿੰਦੇ। ਇਸੇ ਵਾਸਤੇ ਸਾਈਂ ਬੁੱਲੇ ਸ਼ਾਹ ਨੇ ਬਾਣੀ 'ਚ ਫਰਮਾਇਆ ਹੈ, ਦੂਈ ਦੂਰ ਕਰ ਕੋਈ ਹੋਰ ਨਹੀਂ, ਸਭ ਸਾਧ ਦਿਸੇ ਕੋਈ ਚੋਰ ਨਹੀਂ। ਹੈ ਪੁਰਸ਼ ਤੂੰ ਆਪਣੀ ਅੱਖ ਨੂੰ ਸਾਫ਼ ਕਰ, ਆਪਣੇ ਅੰਦਰੋਂ ਉਸ ਦੂਈ ਨੂੰ ਕਰ ਦੇ, ਆਪਣੀ ਸਫਾਈ ਕਰ ਲੈ, ਤੂੰ ਨਜ਼ਰ ਮਾਰ। ਇਹ ਸਭ ਪੈਦਾਇਸ਼ ਉਸ ਪਰਮਾਤਮਾ ਦੀ ਹੈ। ਉਹ ਵਾਹਿਗੁਰੂ ਕਾਲ ਪੁਰਖ ਸਭ ਦਾ ਉਹ ਅਰਥਾ ਕਰਤਾ ਹੈ, ਸਭ ਨੂੰ ਪੈਦਾ ਕਰਨ ਵਾਲਾ, ਸਭ ਨੂੰ ਰਿਸ਼ਕ ਪੁਜਾ ਰਿਹਾ, ਸਾਰਿਆਂ ਦੀ ਪਾਲਮਾ ਕਰ ਰਿਹਾ। ਹਾਂ, ਅਸੀਂ ਉਸ ਨੂੰ ਅੱਲਾ ਕਹੀਏ, ਖੁਦਾ ਕਹੀਏ, ਪਰਮਾਤਮਾ ਕਹੀਏ, ਰਾਮ ਕਹੀਏ, ਲੇਕਿਨ ਜੋ ਹੈ ਸੋਈ ਹੈ। ਅਸੀਂ ਉਸ ਨੂੰ ਵਿਸਾਰ ਦਿੰਦੇ ਹਾਂ ਔਰ ਦੂਈ ਮਾਇਆ ਦੀ ਤਰਫ ਹੋ ਜਾਂਦੇ ਹਾਂ। ਉਹ ਨਾ ਸਾਡੇ ਪਾਸ ਦੂਈ ਰਹਿੰਦੀ ਹੈ, ਉਹ ਵੀ ਚੀਜ਼ ਨਹੀਂ ਰਹਿੰਦੀ, ਸਾਨੂੰ ਦੁੱਖ ਪੈਦਾ ਹੋ ਜਾਂਦਾ ਹੈ। ਕਈ ਵਾਰ ਇਹ ਸਾਖੀ ਸੁਣਾਈ ਹੈ ਔਰ ਸੁਣਾਉਣਾ ਪੈਂਦੀ ਹੈ। ਇੱਕ ਮਹਾਤਮਾ ਦੇ ਨਾਲ ਮਾਇਆ ਦਾ ਬਹਿਸ ਮੁਹਾਸਾ ਹੋਇਆ। ਮਾਇਆ ਨੇ ਕਿਹਾ ਕਿ ਮੇਰੇ ਸ਼ਰਧਾਲੂ ਜਿਹੜੇ ਹੈ ਉਹ ਬੜੇ ਵਿਸ਼ਵਾਸ ਵਾਲੇ ਹੈ। ਮਹਾਤਮਾ ਨੇ ਕਿਹਾ ਕਿ ਮੇਰੇ ਵੀ ਸ਼ਰਧਾਲੂ ਜਿਹੜੇ ਹੈ ਉਹ ਬੜੇ ਵਿਸ਼ਵਾਸ ਵਾਲੇ, ਚਲੋ ਟਰਾਈ ਕਰ ਲਈਏ। ਦੇਖੋ ਹੁਣ ਦੂਈ ਜਿਹੜੀ ਹੈ ਉਹ ਕਿਸ ਤਰ੍ਹਾਂ ਬੰਦੇ ਦਾ ਪਿਆਰ ਲੈ ਜਾਂਦੀ ਹੈ। ਮਹਾਤਮਾ ਇੱਕ ਸਿੱਖ ਦੇ ਘਰ ਚਲਾ ਗਿਆ ਅਤੇ ਕਹਿਣ ਲੱਗਾ, ਭਾਈ ਸਿੱਖਾ, ਮੈਂ ਇੱਕ ਦੋ ਦਿਨ ਤੇਰੇ ਘਰ ਰਹਿਣਾ ਹੈ। ਕਹਿਣ ਲੱਗੇ, ਜੀ ਬੜੀ ਖੁਸ਼ੀ ਦੇ ਨਾਲ ਰਵੋ ਔਰ ਜਥਾ ਸਕਤੀ ਅਸੀਂ ਤੁਹਾਡੀ ਸੇਵਾ ਕਰਾਂਗੇ। ਕਮਰਾ ਦੇ ਦਿੱਤਾ, ਪਰ ਇਹ ਵੀ ਦੱਸਿਆ ਕਿ ਜਿਸ ਕਮਰੇ ਦੇ ਵਿੱਚ ਮੈਂ ਰਹਿਣਾ ਮੈਂ ਉਸੇ ਵਿੱਚ ਰਹਿਣਾ, ਉਹਨੂੰ ਤਬਦੀਲ ਨਹੀਂ ਕਰਨਾ। ਕਹਿਣ ਲੱਗੇ, ਜੀ ਕੋਈ ਗੱਲ ਨਹੀਂ, ਕੋਈ ਹੋਰ ਆਏਗਾ ਅਸੀਂ ਹੋਰ ਕਮਰਾ ਦੇ ਦਿਆਂਗੇ। ਪਿੱਛੇ ਪਿੱਛੇ ਜੋਗਨ ਰੂਪ ਬਣਾਇਆ, ਉਹ ਮਾਇਆ ਵੀ ਚਲਾ ਗਈ। ਜਦ ਚਲਾ ਗਈ ਉਸਨੇ ਵੀ ਕਿਹਾ, ਭਾਈ ਸਿੱਖਾ, ਮੈਂ ਇੱਕ ਦੋ ਦਿਨ ਤੇਰੇ ਘਰ ਰਹਿਣਾ ਹੈ। ਕਹਿਣ ਲੱਗੇ, ਜੀ ਬੜੀ ਖੁਸ਼ੀ ਨਾਲ ਰਵੋ। ਉਹਨੂੰ ਵੀ ਕਮਰਾ ਦੇ ਦਿੱਤਾ, ਅਸੀਂ ਜਥਾ ਸ਼ਕਤੀ ਤੁਹਾਡੀ ਸੇਵਾ ਕਰਾਂਗੇ। ਮਾਇਆ ਨੇ ਕਿਹਾ, ਭਾਈ ਸਿੱਖਾ, ਇਸ ਤਰ੍ਹਾਂ ਕਰ ਕਿ ਮੈਂ ਆਪਣਾ ਖਾਣਾ ਆਪ ਬਣਾਉਂਦੀ ਹਾਂ, ਤੂੰ ਮੈਨੂੰ ਰਸੋਈ ਦੇ ਬਰਤਨ ਦੇ ਦੇ।
ਉਸ ਨੇ ਰਸੋ ਦੇ ਬਰਤਨ ਦੇ ਦਿੱਤੇ, ਮਾਇਆ ਨੇ ਖਾਣਾ ਕੀ ਬਣਾਉਣਾ ਸੀ ਭਾਂਡੇ ਉਹ ਸੋਨੇ ਦੇ ਬਣਾ ਦਿੱਤੇ। ਜਦੋਂ ਸੋਨੇ ਦੇ ਬਣਾ ਦਿੱਤੇ ਤੇ ਕਹਿਣ ਲੱਗੀ, ਭਾਈ ਸਿੱਖਾ ਇਹ ਭਾਂਡੇ ਲੈ ਲੈ ਤੇ ਮੈਨੂੰ ਹੋਰ ਭਾਂਡੇ ਦੇ ਦੇ, ਮੈਂ ਰੋਜ਼ ਹੀ ਨਵਿਆਂ ਬਰਤਨਾਂ ਦੇ ਵਿੱਚ ਆਪਣਾ ਖਾਣਾ ਬਣਾਉਂਦੀ ਹਾਂ। ਜਦੋਂ ਉਹ ਸਿੱਖ ਨੇ ਭਾਂਡੇ ਦੇਖੇ ਸੋਨੇ ਦੇ, ਤੇ ਮਹਾਤਮਾ ਦਾ ਜਿਹੜਾ ਪਿਆਰ ਸੀ, ਪਹਿਲਾਂ ਸਾਰਾ ਪਿਆਰ, ਸਾਰੀ ਤਮੱਜੋ, ਸਾਰਾ ਹੀ ਖਿਆਲ ਮਹਾਤਮਾ ਦੀ ਤਰਫ ਸੀ। ਪਿਆਰ ਅਸੀਂ ਕਿਸ ਨੂੰ ਕਹਿੰਦੇ ਹਾਂ, ਬੰਦਗੀ ਅਸੀਂ ਕਿਸ ਨੂੰ ਕਹਿੰਦੇ ਹਾਂ, ਕਿ ਸਾਡਾ ਖਿਆਲ ਹੀ ਬੰਦਗੀ ਹੈ। ਜਿੱਧਰ ਸਾਡਾ ਖਿਆਲ ਹੋਏਗਾ ਉਧਰ ਸਾਡਾ ਪਿਆਰ ਹੋਏਗਾ, ਜਿੱਧਰ ਸਾਡਾ ਖਿਆਲ ਹਟ ਜਾਏਗਾ ਉਧਰੋਂ ਸਾਡਾ ਪਿਆਰ ਵੀ ਹਟ ਜਾਏਗਾ। ਸਵਾਮੀ ਜੀ ਮਹਾਰਾਜ ਇਸੇ ਵਾਸਤੇ ਬਾਣੀ 'ਚ ਫਰਮਾਇਆ ਹੈ, ਪ੍ਰੇਮ ਗਿਆ ਤੋ ਭਗਤ ਛੁਪਾ ਨੇ, ਬੈਰ ਈਰਖਾ ਕੀ ਖੁੱਲੀ ਖਾਨੇ। ਸਵਾਮੀ ਜੀ ਮਹਾਰਾਜ ਫਰਮਾਉਂਦੇ ਆ, ਜੇ ਪਿਆਰ ਨਹੀਂ ਤੋ ਭਗਤੀ ਵੀ ਨਹੀਂ। ਸਾਡੀ ਭਗਤੀ ਕੀ ਹੈ? ਪਿਆਰ। ਪਿਛਲੇ ਇਤਿਹਾਸ ਪੜ੍ਹ ਕੇ ਦੇਖੋ, ਜਿਹਨਾਂ ਜਿਹਨਾਂ ਨੇ ਨਾਮ ਜਪਿਆ ਉਹਨਾਂ ਪਿਆਰ ਕੀਤਾ ਆਪਣੇ ਸਤਿਗੁਰ ਦੇ ਨਾਲ, ਔਰ ਦਿਨ ਰਾਤ ਉਹਨਾਂ ਦੇ ਦੱਸੇ ਹੋਏ ਨਿਯਮਾਂ ਦੇ ਚੱਲੇ ਹੈ। ਚਾਰਾਂ ਨੇ ਪਿਆਰ ਮਹਾਤਮਾ ਦਾ ਜਿਹੜਾ ਸੀ ਉਹ ਘੱਟ ਗਿਆ, ਕਿਉਂਕਿ ਤਮੱਜੋ ਜਿਹੜੀ ਸੀ ਉਸ ਜੋਗਣ ਵੱਲ ਚਲੇ ਗਈ। ਸੋਨੇ ਦੇ ਭਾਂਡੇ ਮਿਲ ਗਏ, ਸੋਚਦਾ ਹੈ ਕਿ ਇਹ ਜੋਗਣ ਬਹੁਤ ਅੱਛੀ ਹੈ, ਮਹਾਤਮਾ ਦੇ ਅੰਦਰ ਵੜਿਆ, ਉਹ ਤਾਂ ਕੁਛ ਕਰਦਾ ਹੀ ਨਹੀਂ, ਉਹਦੇ ਬਾਹਰ ਨਹੀਂ ਨਿਕਲਦਾ। ਇਹ ਜੋਗਣ ਬਹੁਤ ਅੱਛੀ ਜਿਸ ਨੇ ਸੋਨੇ ਦੇ ਭਾਂਡੇ ਬਣਾਉਂਦੀ। ਦੂਸਰੇ ਦਿਨ ਵੀ ਭਾਂਡੇ ਦੇ ਦਿੱਤੇ ਤਾਂ ਫਿਰ ਉਸਨੇ ਸੋਨੇ ਦੇ ਬਣਾ ਕੇ ਦੇ ਦਿੱਤੇ ਤੇ ਕਿਹਾ, ਭਾਈ ਸਿੱਖਾ ਮੈਨੂੰ ਹੋਰ ਭਾਂਡੇ ਦੇ ਦੇ, ਮੈਂ ਰੋਜ਼ ਨਵੇਂ ਭਾਂਡਿਆਂ 'ਚ ਰੋਟੀ ਬਣਾਉਂਦੀ। ਜਦ ਫਿਰ ਸੋਨੇ ਦੇ ਭਾਂਡੇ ਦੇਖੇ ਤਾਂ ਮਹਾਤਮਾ ਦਾ ਪਿਆਰ ਜਿਹੜਾ ਸੀ ਉਹ ਰੁਪਈਏ 'ਚ ਵਾਠਾਨੇ ਰਹਿ ਗਿਆ, ਕਿਉਂਕਿ ਤਮੱਜੋ ਉਸ ਪਾਸੇ ਚਲੇ ਗਈ। ਤੀਸਰੇ ਦਿਨ ਵੀ ਇਸੇ ਤਰ੍ਹਾਂ ਕੀਤਾ, ਚੌਥੇ ਦਿਨ ਵੀ, ਤੋ ਸਾਰਾ ਪਿਆਰ ਮਹਾਤਮਾ ਦਾ ਜਿਹੜਾ ਸੀ ਮੁੱਕ ਗਿਆ ਤੇ ਉਸ ਜੋਗਣ ਦੀ ਤਰਫ ਹੋ ਗਿਆ। ਦੇਖੋ ਦੂਈ ਜਿਹੜੀ ਹੈ ਕੀ ਕਰਦੀ ਹੈ, ਹਰ ਇੱਕ ਮਹਾਂਪੁਰਖਾਂ ਨੇ ਆ ਕੇ ਕੋਸ਼ਿਸ਼ ਕੀਤੀ ਹੈ, ਸਾਨੂੰ ਬਾਣੀ ਰਾਹੀਂ ਸਮਝਾਇਆ ਹੈ ਕਿ ਐਸ ਦੂਈ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਸ ਨੇ ਬੜੇ ਬੜੇ ਨੂੰ ਗੇਰ ਲਿਆ, ਇਹਨੇ ਬੜੇ ਬੜਿਆਂ ਨੂੰ ਮਾਰ ਲਿਆ। ਜਦ ਮਹਾਤਮਾ ਦਾ ਪਿਆਰ ਸਾਰਾ ਖਤਮ ਹੋ ਗਿਆ ਤੇ ਉਸ ਜੋਗਣ ਨੇ ਕਿਹਾ ਕਿ ਭਾਈ ਸਿੱਖਾ, ਇਹ ਜਿਸ ਕਮਰੇ ਵਿੱਚ ਮਹਾਤਮਾ ਰਹਿੰਦਾ ਹੈ ਇਹ ਕਮਰਾ ਮੈਨੂੰ ਦੇ ਦੇ, ਜੇ ਤੂੰ ਨਹੀਂ ਦੇਣਾ ਤੇ ਫਿਰ ਮੈਂ ਚਲੇ ਜਾਣਾ। ਜਦੋਂ ਚਲੇ ਜਾਣ ਦਾ ਨਾਂ ਲਿਆ ਤੇ ਉਹਦਾ ਤੇ ਵਿਚਾਰੇ ਦੇ ਜਾਨ ਨਿਕਲ ਗਈ ਕਿ ਇਹ ਜਾਣੀ ਨਹੀਂ ਚਾਹੀਦੀ, ਇਹ ਸੋਨੇ ਦੇ ਭਾਂਡੇ ਬਣਾਉਂਦੀ ਹੈ, ਮਹਾਤਮਾ ਚਲਾ ਵੀ ਜਾਵੇ ਤੇ ਕੋਈ ਫਰਕ ਨਹੀਂ ਪਏਗਾ। ਪਰ ਮੂਰਖ ਨੂੰ ਇਹ ਨਹੀਂ ਪਤਾ ਲੱਗਾ ਕਿ ਸੋਨੇ ਦੇ ਭਾਂਡੇ ਜਿਹੜੇ ਬਣ ਰਹੇ ਆ ਮਹਾਤਮਾ ਦੇ ਪਿੱਛੇ ਬਣ ਰਹੇ ਹੈ, ਇਹ ਪਹਿਲਾਂ ਕਿਉਂ ਨਹੀਂ ਬਣਾਉਣ ਵਾਸਤੇ ਆਈ, ਪਹਿਲਾਂ ਕਿਉਂ ਨਹੀਂ ਭਾਂਡੇ ਬਣੇ ਇੱਥੇ ਆ ਕੇ ਰਹਿ ਗਿਆ? ਕਿਉਂ ਕਿ ਬੁੱਧ ਤੇ ਪਰਦਾ ਪੈ ਗਿਆ, ਉਹ ਅਕਲ ਨਹੀਂ ਰਹੀ, ਉਹ ਦੂਈ ਨਕਲ ਮਾਰ ਦਿੱਤੀ।
ਮਹਾਤਮਾ ਨੂੰ ਕਿਹਾ, ਮਹਾਤਮਾ ਜੀ ਇਹ ਕਮਰਾ ਛੱਡ ਦਿਓ ਤੇ ਦੂਸਰੇ ਕਮਰੇ ਚ ਹੋ ਜਾਓ। ਮਹਾਤਮਾ ਨੇ ਕਿਹਾ ਇਹ ਕੀ ਬਣਿਆ, ਮੈਂ ਤੇ ਇਹਦੇ ਨਾਲ ਪੈਦਾ ਕੀਤਾ ਹੈ, ਭਾਈ ਤੇਰੇ ਨਾਲ ਪੈਦਾ ਕੀਤਾ ਹੈ ਕਿ ਇਸੇ ਕਮਰੇ ਚ ਰਹਿਣਾ ਹੈ। ਕੋਈ ਨੀ ਜੀ, ਪੈਦਾ ਕੀਤਾ ਤੇ ਅਸੀਂ ਕਿਹੜੇ ਮੁੱਕਰਦੇ ਹਾਂ, ਜਦੋਂ ਬੰਦੇ ਚ ਬੇਈਮਾਨੀ ਆ ਜਾਏ ਤਾਂ ਫਿਰ ਕਈ ਬਾਤਾਂ ਕਰਦਾ ਹੈ। ਤੁਸੀਂ ਨਾਲ ਦੇ ਕਮਰੇ ਚ ਹੋ ਜਾਓ, ਕੀ ਫਰਕ ਪੈਂਦਾ ਤੁਹਾਨੂੰ, ਅਸੀਂ ਕਿਹੜੇ ਮੁੱਕਰਦੇ ਹੈਗੇ ਹਾਂ। ਮਹਾਤਮਾ ਨੇ ਕਿਹਾ ਕੁਝ ਦੇਖੀਏ ਤੇ ਸਹੀ, ਇਹਦੇ ਵਿੱਚ ਕੁਝ ਹੈ ਪਿਆਰ ਕਿ ਨਹੀਂ, ਥੋੜਾ ਜਿਹਾ ਅੜਿਆ ਕਿ ਨਹੀਂ। ਭਾਈ ਮੈਂ ਇਸੇ ਕਮਰੇ ਚ ਰਹਿਣਾ, ਮੈਂ ਇਹਨੂੰ ਤਬਦੀਲ ਨਹੀਂ ਕਰਨਾ। ਮਹਾਤਮਾ ਜੀ ਇਹਨੇ ਜਿੱਦ ਕਿਉਂ ਕਰਦੇ ਹੋ, ਕਮਰੇ ਕਿਹੜੇ ਤੁਸੀਂ ਆਪ ਬਣਾਏ ਹੈ, ਬਣਾਏ ਤੇ ਅਸੀਂ ਹੈ। ਗੱਲ ਮੁੱਕ ਗਈ, ਜਦੋਂ ਆਪਾਂ ਭਾਵ ਅੰਦਰ ਆ ਗਿਆ ਉਦੋਂ ਪਿਆਰ ਮੁੱਕ ਗਿਆ। ਮਹਾਤਮਾ ਨੇ ਆਪਣਾ ਬੋਰੀ ਬੀਸਰਾ ਪਤਾ ਤੋਂ ਚੱਲਦਾ ਹੋਇਆ, ਪਿੱਛੇ ਪਿੱਛੇ ਜੋਗਣ ਵੀ ਚਲੇ ਗਈ, ਨਾ ਸੋਨੇ ਦੇ ਭਾਂਡੇ ਰਹੇ ਨਾ ਮਹਾਤਮਾ ਦਾ ਪਿਆਰ ਰਿਹਾ, ਦੋਵੇਂ ਚੀਜ਼ਾਂ ਖਤਮ ਹੋ ਗਈਆਂ। ਗੁਰੂ ਸਾਹਿਬ ਜੀ ਦੂਈ ਦੇ ਬਾਰੇ ਫਰਮਾ ਰਹੇ ਹੈ ਕਿ ਜਦ ਸਾਡੇ ਚ ਦੂਈ ਆਉਂਦੀ ਹੈ ਤੇ ਉਹ ਮਾਲਕ ਦਾ ਪਿਆਰ ਸਾਡਾ ਨਹੀਂ ਰਹਿੰਦਾ, ਪਿਆਰ ਮੁੱਕ ਜਾਂਦਾ ਹੈ। ਉਸ ਦੂਈ ਤੋਂ ਬਚਣ ਦੀ ਮਹਾਂਪੁਰਖਾਂ ਨੇ ਕੋਸ਼ਿਸ਼ ਕੀਤੀ ਹੈ। ਕਈ ਵਾਰ ਇਹ ਕਬੀਰ ਸਾਹਿਬ ਦੀ ਸਾਖੀ ਸੁਣਾਈ ਹੈ, ਕਬੀਰ ਸਾਹਿਬ ਜੀ ਇੱਕ ਰਸਤੇ ਰਸਤੇ ਜਾ ਰਹੇ ਸਨ, ਅੱਗੇ ਬਹੁਤ ਸਾਰਾ ਮਾਇਆ ਦਾ ਬੁੜ ਲੱਗਾ ਸੀ। ਕਬੀਰ ਸਾਹਿਬ ਜੀ ਪਿੱਠ ਦੇ ਕੇ ਲੰਘੇ ਕਿ ਮੈਨੂੰ ਛਲਣ ਵਾਸਤੇ ਆਈ ਹੈ। ਅੱਗੋਂ ਚਾਰ ਬੰਦੇ ਆਉਂਦੇ ਸਨ, ਉਹਨਾਂ ਨੂੰ ਕਬੀਰ ਸਾਹਿਬ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਕਿਹਾ ਭਾਈ ਇਸ ਰਸਤੇ ਨਾ ਜਾਓ, ਇੱਧਰ ਇੱਕ ਨਾਗਣੀ ਬੈਠੀ ਹੈ ਤੁਹਾਨੂੰ ਚਾਹੁਣਾ ਨੂੰ ਖਾ ਜਾਏਗੀ। ਉਹਨਾਂ ਨੇ ਕਿਹਾ ਨਾਗਣੀ ਇੱਕ, ਅਸੀਂ ਚਾਰ, ਸਾਨੂੰ ਕਿੱਦਾਂ ਖਾ ਜਾਏਗੀ। ਉਹ ਚਲਿਆ ਹੈ, ਜਦ ਦੇਖਿਆ ਅੱਗੇ ਮਾਇਆ ਦਾ ਬੁੜ ਲੱਗਾ, ਕਹਿੰਦੇ ਦੇਖੋ ਬੁੱਢਾ ਜਿਹਾ ਚਿੱਟੀ ਦਾੜੀ ਹੈ ਇਸਦੀ, ਤੇ ਕਿੰਨਾ ਧੋਖੇਬਾਜ਼ ਹੈ, ਇਹ ਕਿਧਰੇ ਆਪਣੇ ਘਰਦਿਆਂ ਨੂੰ ਸੱਦਣ ਗਿਆ। ਚਾਰੇ ਬੈਠ ਕੇ ਸਲਾਹ ਬਣਾਈ ਕਿ ਰੋਟੀ ਲਿਆਓ, ਦੋ ਜਣੇ ਜਾ ਕੇ ਦੋ ਰਾਖੀ ਬੈਠ ਦਿਆਂ ਤੇ ਸ਼ਾਮ ਦੇ ਵਕਤ ਤੇ ਮਾਇਆ ਵੰਡ ਕੇ ਲੈ ਜਾਵਾਂਗੇ। ਜਿਹੜੇ ਦੋ ਰੋਟੀ ਲੈਣ ਵਾਸਤੇ ਗਏ ਉਹਨਾਂ 'ਚ ਬੇਈਮਾਨੀ ਆ ਗਈ, ਤਾਂ ਕਹਿਣ ਲੱਗੇ, ਦਿਲ 'ਚ ਵਿਚਾਰ ਕੀਤੀ ਕਿ ਜੇ ਕਦੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਾਰ ਦੇਈਏ ਤੇ ਇਹ ਮਾਇਆ ਸਾਡੇ ਪੁੱਤ ਪੋਤਿਆਂ ਪਾਸੋਂ ਮੁੱਕ ਨਹੀਂ ਸਕਦੀ। ਜਿਹੜੇ ਰਾਖੀ ਰਹੇ ਉਹਨਾਂ ਵਿੱਚ ਵੀ ਬੇਈਮਾਨੀ ਆਈ, ਉਹ ਵੀ ਸੋਚਣ ਲੱਗੇ ਕਿ ਜੇ ਮਾਇਆ ਸਾਰੀ ਸਾਨੂੰ ਮਿਲ ਜਾਏ ਸਾਡੇ ਪੁੱਤ ਪੋਤਰਿਆਂ ਪਾਸੋਂ ਮੁੱਕ ਨਹੀਂ ਸਕਦੀ। ਉਹਨਾਂ ਰੋਟੀਆਂ 'ਚ ਜ਼ਹਿਰ ਪਾ ਲਿਆ, ਉਹ ਕਿਸੇ ਯਾਰ ਦੋਸਤ ਪਾਸੋਂ ਸ਼ਾਇਦ ਕੋਈ ਹਥਿਆਰ ਲਿਆਏ। ਜਦ ਉਹ ਰੋਟੀਆਂ ਲੈ ਕੇ ਆਏ, ਉਹਨਾਂ ਦਾ ਖਿਆਲ ਕੇ ਰੋਟੀ ਖਾਣ, ਉਹਨਾਂ ਦਾ ਖਿਆਲ ਕਿਹਨਾਂ ਦੀ ਕਲਿਆਣ ਕਰਕੇ ਰੋਟੀ ਖਾਈਏ। ਉਹਨਾਂ ਕੋਲ ਹਥਿਆਰ ਮਾਰਿਆ, ਉਹਨਾਂ ਦੋਨਾਂ ਨੂੰ ਮਾਰ ਦਿੱਤਾ। ਕਦੇ ਟੋਏ ਟਿੱਬਿਆਂ ਸੁੱਟ ਕੇ ਨਹਾ ਧੋ ਕੇ ਰੋਟੀ ਖਾਣ ਲੱਗੇ, ਜ਼ਹਿਰ ਚੜਿਆ, ਦੋਵੇਂ ਮਰ ਗਏ, ਚਾਰੇ ਹੀ ਖਤਮ ਹੋ ਗਏ। ਕਬੀਰ ਸਾਹਿਬ ਜੀ ਮਹਾਰਾਜ ਬਾਣੀ 'ਚ ਫਰਮਾਇਆ, ਮਾਇਆ ਤੋਂ ਠੱਗਣੀ ਪਈ, ਠੱਗ ਖਾਇਓ ਜਿਸ ਦੇਸ਼, ਜਿਸ ਠੱਗ ਨੇ ਜੇ ਠੱਗਣੀ ਠੱਗੀ, ਉਸ ਕੋ ਹਮਾਰੀ ਦੇਸ਼। ਭਾਈ ਇਹ ਠੱਗਣੀ ਜਿਹੜੀ ਹੈ ਇਹ ਬੜਿਆਂ ਬੜਿਆਂ ਨੂੰ ਠੱਗ ਜਾਂਦੀ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਹੈ, ਜਿਸ ਠੱਗ ਨੇ ਇਸ ਠੱਗਣੀ ਨੂੰ ਠੱਗਿਆ ਉਹਨਾਂ ਨੂੰ ਸਾਡੀ ਪ੍ਰਣਾਮ ਹੈ। ਕਿਹਨਾਂ ਠੱਗਿਆ ਹੈ? ਸੰਤਾਂ ਮਹਾਂਪੁਰਖਾਂ ਨੇ।
ਜਿਹਨਾਂ ਦਿਨ ਰਾਤ ਨਾਮ ਜਪਿਆ ਔਰ ਉਸ ਨਾਮ ਦਾ ਰਸ ਲਿਆ, ਉਹਨਾਂ ਨੇ ਦੁਨੀਆਂ ਦੇ ਰਸ ਜਿਹੜੇ ਆ ਛੱਡ ਦਿੱਤੇ। ਹਜ਼ੂਰ ਕਈ ਵਾਰ ਸਤਸੰਗ ਵਿੱਚ ਫਰਮਾਉਂਦੇ ਹੁੰਦੇ ਸੀ, ਇਹ ਰਸ ਜਾਵਤ ਉਹ ਰਸ ਆਵਤ, ਇਹ ਦੁਨੀਆਂ ਦੇ ਰਸ ਜਦੋਂ ਉਹ ਰਸ ਆਉਂਦੇ ਹੈ ਇਹ ਦੁਨੀਆਂ ਦੇ ਰਸ ਸਾਰੇ ਵਿਸਰ ਜਾਂਦੇ ਹੈ, ਉਹ ਰਸ ਆਵਾ ਇਹ ਰਸ ਮੋਲ ਨਾ ਪਾਵਾ। ਜਦੋਂ ਅੰਦਰੋਂ ਸ਼ਬਦ ਦਾ ਰਸ ਆਇਆ ਇਹ ਦੁਨੀਆਂ ਦੇ ਰਸ ਮੁੱਕ ਗਏ। ਕਈ ਵਾਰ ਬਲਕਿ ਬੁਖਾਰੇ ਪਾਤਸ਼ਾਹ ਜੀ ਇਬਰਾਹਿਮ ਦੀ ਸਾਖੀ ਸੁਣਾਈ ਹੈ ਕਿ ਜਦੋਂ ਉਹਦੇ ਅੰਦਰ ਸ਼ਬਦ ਦੀ ਲੱਜਤ ਆਈ, 12 ਸਾਲ ਉਹ ਕਬੀਰ ਸਾਹਿਬ ਦੇ ਪਾਸ ਰਹੇ ਆਪਣਾ ਰਾਜਪਾਟ ਛੱਡ ਕੇ, ਜਦੋਂ ਉਹ ਸ਼ਬਦ ਦੀ ਲੱਜਤ ਆਈ ਆਪਣੇ ਰਾਜ ਨੂੰ ਹੀ ਟੁਕੜਾ ਦਿੱਤਾ, ਪਰਵਾਹ ਨਹੀਂ ਕੀਤੀ ਰਾਜ, ਰਾਜ ਦਾ ਨਸ਼ਾ ਛੱਡ ਦਿੱਤਾ ਔਰ ਉਹ ਸ਼ਬਦ ਦਾ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ। ਜਦ ਤੱਕ ਸ਼ਬਦ ਦੀ ਕਮਾਈ ਸਿੱਖ ਕਰਦਾ ਨਹੀਂ ਧੋਖਾ ਹੀ ਧੋਖਾ ਹੈ, ਹਰ ਵਕਤ ਧੋਖਾ ਹੈ। ਹਜ਼ੂਰ ਜਿਹਨਾਂ ਦਾ ਇਹ ਦਰਬਾਰ ਹੈ ਉਹ ਦਿਨ ਰਾਤ ਇਹੀ ਉਪਦੇਸ਼ ਸੀ ਉਹਨਾਂ ਦਾ ਕਿ ਭਾਈ ਸ਼ਬਦ ਦੀ ਕਮਾਈ ਕਰੋ, ਜੇ ਤੁਸੀਂ ਇਹਦੇ ਪਾਸੋਂ ਬਚਣਾ ਹੈ। ਸ਼ਬਦ ਦੀ ਕਮਾਈ ਦੇ ਬਿਨਾਂ ਬਚ ਨਹੀਂ ਸਕਦੇ। ਜਿਹੜੇ ਸ਼ਬਦ ਵਿਆਸੀ ਮਹਾਤਮਾ ਹੋਏ ਉਹਨਾਂ ਨੇ ਇਸ ਦਾ ਆਖਰ ਦਮ ਤੱਕ ਵੀ ਵਸਾ ਨਹੀਂ ਕੀਤਾ। ਇੱਕ ਮਹਾਤਮਾ ਦੇ ਪਾਸ ਕੁਦਰਤੀ ਕੰਜਰੀ ਗਈ, ਉਸਨੇ ਪੁੱਛਿਆ ਮਹਾਤਮਾ ਜੀ ਤੁਸੀਂ ਇਸਤਰੀ ਹੋ ਜਾਂ ਪੁਰਸ਼ ਹੋ? ਮਹਾਤਮਾ ਸੋਚੀ ਪੈ ਗਿਆ ਤੇ ਕਿਹਾ ਕਿ ਭਾਈ ਮੈਂ ਬਾਅਦ ਵਿੱਚ ਦੱਸਾਂਗਾ, ਤੈਨੂੰ ਬਾਅਦ ਵਿੱਚ ਦੱਸਾਂਗਾ। ਫਿਰ ਕੁਦਰਤੀ ਕਿਤੇ ਗਈ ਤੇ ਫਿਰ ਪੁੱਛਿਆ ਮਹਾਤਮਾ ਜੀ ਤੁਸੀਂ ਇਸਤਰੀ ਹੋ ਕੋ ਪੁਰਸ਼ ਹੋ? ਮਹਾਤਮਾ ਨੇ ਕਿਹਾ ਕਿ ਫਿਰ ਦੱਸਾਂਗਾ। ਫਿਰ ਕੁਦਰਤੀ ਉਹਨਾਂ ਦਾ ਅੰਤ ਸਮਾਂ ਆਇਆ ਸੀ ਤੇ ਕੰਜਰੀ ਮੌਕੇ ਪਰ ਪਹੁੰਚ ਗਈ ਤੇ ਕੰਜਰੀ ਨੇ ਪੁੱਛਿਆ ਮਹਾਤਮਾ ਜੀ ਦੱਸੋ ਤੇ ਤੁਸੀਂ ਇਸਤਰੀ ਹੋ ਕੋ ਪੁਰਸ਼ ਹੋ? ਤੇ ਮਹਾਤਮਾ ਨੇ ਕਿਹਾ ਕਿ ਮੈਂ ਪੁਰਸ਼ ਹਾਂ, ਮੈਂ ਪੁਰਸ਼ ਹਾਂ। ਕੰਜਰੀ ਨੇ ਕਿਹਾ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਕਹਿਣ ਲੱਗੇ ਕਿ ਮੈਨੂੰ ਇਸ ਮਨ ਦਾ ਕੋਈ ਐਤਬਾਰ ਨਹੀਂ ਸੀ, ਇਹਦਾ ਕੋਈ ਐਤਬਾਰ ਨਹੀਂ ਸੀ, ਮੈਨੂੰ ਪੁਰਸ਼ ਰਹਿਣ ਦਿੰਦਾ ਜਾਂ ਨਹੀਂ ਰਹਿਣ ਦਿੰਦਾ, ਇਸ ਕਰਕੇ ਮੈਂ ਦੱਸ ਨਹੀਂ ਸਕਿਆ ਤੈਨੂੰ। ਹੁਣ ਮੈਂ ਕੋਈ ਦੁਨੀਆਂ 'ਚ ਗਲਤ ਕੰਮ ਨਹੀਂ ਕੀਤਾ ਔਰ ਮੈਂ ਪੁਰਸ਼ ਹਾਂ, ਮੈਂ ਦੁਨੀਆਂ ਤੋਂ ਚੱਲਿਆ। ਇਹ ਬੜੇ ਬੜੇ ਕਮਾਈ ਵਾਲੇ ਮਹਾਂਪੁਰਖ ਜਿਹੜੇ ਹੈ ਉਹਨਾਂ ਵੀ ਇਸ ਮਨ 'ਤੇ ਕੰਟਰੋਲ ਕੀਤਾ ਔਰ ਇਹਦਾ ਕੋਈ ਵਸਾਹ ਨਹੀਂ ਖੜ੍ਹ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਦੂਜੇ ਪਾਏ ਬੇਗੁੱਚੀਏ ਗਲ ਪਈ ਸੋ ਜਮ ਕੀ ਫਾਸ। ਸਾਨੂੰ ਦੂਈ ਦੇ ਨਾਲ ਮਿਲਣ ਵਾਸਤੇ ਔਰ ਉਹਦੀ ਸਜ਼ਾ ਵੀ ਦੱਸ ਰਹੇ ਹੈ ਗੁਰੂ ਸਾਹਿਬ ਜੀ। ਅਗਰ ਤੇਰੇ ਵਿੱਚ ਉਹ ਚੀਜ਼ ਆ ਜਾਏਗੀ, ਤੇਰੇ ਅੰਦਰੋਂ ਸ਼ਬਦ ਦੀ ਤਾਕਤ ਜਿਹੜੀ ਉਹ ਖਤਮ ਹੋ ਜਾਏਗੀ ਔਰ ਅੰਤ ਵੇਲੇ ਤੈਨੂੰ ਜਮ ਦੂਤ ਲੈਣ ਆਉਣਗੇ, ਉਹ ਆਪਣੇ ਦੇਸ਼ ਲੈ ਜਾਣਗੇ, ਧਰਮਰਾਜ ਦੇ ਪੇਸ਼ ਕਰ ਦੇਣਗੇ ਔਰ ਧਰਮਰਾਜ ਕੀਤੇ ਹੋਏ ਕਰਮਾਂ ਦਾ ਲੇਖਾ ਕਰਕੇ ਤੈਨੂੰ ਸੁਝਾਅ ਦੇ ਦੇਣ। ਕੀ ਸਜ਼ਾ ਸਾਨੂੰ ਮਿਲਦੀ ਹੈ? ਸਾਨੂੰ ਇਸ 84 ਦੇ ਚੱਕਰ ਵਿੱਚ ਆਉਣਾ ਪੈਂਦਾ ਹੈ।
ਚੁਰਾਸੀ ਛੋਟੀ ਜਿਹੀ ਨਹੀਂ, ਚੁਰਾਸੀ ਬਹੁਤ ਬੜੀ ਹੈ, ਸਿਰਫ ਕਹਿਣ ਵਿੱਚ ਹੀ ਛੋਟੀ ਹੈਗੀ। 30 ਲੱਖ ਕਿਸਮ ਦੇ ਦਰਖਤ, ਦਰਖਤਾਂ ਦੀ ਕਿਤਨੀ ਤੁਸੀਂ ਕਦੀ ਜੰਗਲਾਂ ਵਿੱਚ ਜਾਂ ਪਿੰਡਾਂ ਵਿੱਚ ਦੇਖੋ ਕਿ ਬੜੇ ਬੜੀ ਉਮਰ ਦੇ ਦਰਖਤ ਹੈ। ਕਈ ਵਾਰ ਅਸੀਂ ਦੱਸਿਆ ਹੈ ਕਿ 1977 ਵਿੱਚ ਅਸੀਂ ਅਮੈਰੀਕਾ ਗਏ, ਉੱਥੇ ਇੱਕ ਬੰਦੇ ਨੇ ਦੱਸਿਆ ਕਿ ਇੱਥੇ ਇੱਕ ਦਰਖਤ ਹੈ, ਪਤਾ ਨਹੀਂ ਉਹਦੇ ਵਿੱਚ ਪੋਲ ਕਿਸ ਤਰ੍ਹਾਂ ਹੋਇਆ, ਇਹ ਨਹੀਂ ਪਤਾ, ਲੇਕਿਨ ਉਹਦੇ ਵਿੱਚੋਂ ਦੀ ਗੌਰਮੈਂਟ ਨੇ ਸੜਕਾਂ ਕੱਢੀਆਂ ਨੇ ਔਰ ਗੱਡੀਆਂ ਮੋਟਰਾਂ ਚੱਲਦੀਆਂ ਨੇ, ਅਜੇ ਵੀ ਉਹ ਦਰਖਤ ਜਿੰਦਾ ਹੈ। ਤੁਸੀਂ ਇਹ ਵਿਚਾਰ ਕਰੋ ਕਿ ਜਿਹਦੇ ਵਿੱਚੋਂ ਦੀ ਸੜਕ ਨਿਕਲੀ ਹੈ ਉਹ ਕਿਤਨੀ ਉਸ ਦੀ ਉਮਰ ਹੋਏਗੀ, ਕਿਤਨਾ ਬੜਾ ਦਰਖਤ ਹੋਏਗਾ, ਅਜੇ ਉਹ ਜਿੰਦਾ ਹੈ। ਕਈ ਉਹਦੇ 'ਤੇ ਤੂਫਾਨ ਆਏ ਹੋਣਗੇ, ਹੋਏਗਾ, ਇੱਕ ਰੂਹ ਦਰਖਤ ਦੇ ਵਿੱਚੋਂ ਨਹੀਂ ਨਿਕਲ ਸਕੀ, ਇੱਕ ਜੂਨ ਨਹੀਂ ਪਹੁੰਚ ਸਕੀ। ਪਿਛਲੇ ਸਾਲਾਂ ਵਿੱਚ ਅਸੀਂ ਗਏ ਸਮੁੰਦਰ ਦੇ ਕੰਢੇ, ਗਏ ਇੱਕ ਉੱਥੇ ਦਰਖਤ ਦਾ ਮੁੰਡ ਪਿਆ ਸੀ, ਉਹ ਅਸੀਂ ਮਿਲਿਆ, 12 ਫੁੱਟ ਲੰਬਾ ਹੋਇਆ, 12 ਫੁੱਟ ਤੁਸੀਂ ਦੇਖੋ, 12 ਫੁੱਟ ਕਰਨਾ ਹੋਇਆ ਚੌਰਸ ਉੱਤੇ, 12 ਉੱਧਰ 12 ਉੱਧਰ ਕਿੱਦਾਂ ਕਿਤਨਾ ਬਣਦਾ, ਉਹ ਕਿੱਡਾ ਵੱਡਾ ਦਰਖਤ ਹੋਏਗਾ ਅਤੇ ਕਦ ਦਾ ਹੋਏਗਾ। ਆਪਣੇ ਕਈ ਜੰਗਲਾਂ ਵਿੱਚ ਤੁਸੀਂ ਦੇਖੋ, ਕਈ ਬਸਤੀਆਂ 'ਚ ਦੇਖੋ, ਜਿਹਨਾਂ ਦਾ ਕਿਸੇ ਨੂੰ 100 ਸਾਲ ਦਾ ਵੀ ਬੰਦਾ ਹੋ ਜਾਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਾਦਾ ਹੈਗਾ। 30 ਲੱਖ ਕਿਸਮ ਦੇ ਸਿਰਫ ਦਰਖਤ ਨੇ ਔਰ 27 ਲੱਖ ਕਿਸਮ ਦੇ ਕੀੜੇ ਮਕੌੜੇ, 14 ਲੱਖ ਕਿਸਮ ਦੇ ਪੰਛੀ, 9 ਲੱਖ ਕਿਸਮ ਦੇ ਜਲ ਦੇ ਜੀਵ, ਜਿਹੜੇ ਜਲਾਂ ਦੇ ਵਿੱਚ ਜੀਵ ਨੇ 9 ਲੱਖ ਕਿਸਮ ਦੇ, 4 ਲੱਖ ਕਿਸਮ ਦੇ ਭੂਤ ਪ੍ਰੇਤ ਜਿੰਨ ਕਿੰਨਰ ਇਨਸਾਨ ਅਤੇ ਹਵਾਨ ਵਗੈਰਾ। ਭੂਤਾਂ ਪ੍ਰੇਤਾਂ ਦੀਆਂ ਜੂਨਾਂ ਜਿਹੜੀਆਂ ਨੇ ਇਹ ਇਨਸਾਨਾਂ ਔਰ ਪਸ਼ੂਆਂ ਨਾਲ ਮਿਲਦੀਆਂ, ਇਹਨਾਂ ਦਾ ਦਰਖਤਾਂ ਨਾਲ ਕੀੜਿਆਂ ਮਕੌੜਿਆਂ ਨਾਲ ਕੋਈ ਤਲਕ ਨਹੀਂ। ਇਹ ਜਦੋਂ ਵੀ ਆਉਂਦੇ ਕਿਸੇ ਬੰਦੇ ਪਾਸ ਆਉਂਦੇ ਜਾਂ ਕਿਸੇ ਪਸ਼ੂਆਂ 'ਚ। ਔਰ 3 ਕਿਸਮ ਦੇ ਹੈ ਜਿੰਨ ਕਿੰਨਰ ਭੂਤ ਪ੍ਰੇਤ, ਜਿਹੜੇ 3 ਕਿਸਮਾਂ ਦੇ ਨੇ ਬੜੇ ਔਰ ਛੋਟੇ। ਇਹ ਸਾਡੀਆਂ 84 ਦੀਆਂ ਜੂਨਾਂ ਨੇ, ਜਿਉਂ ਜੇ ਅਸੀਂ ਕਰਮ ਕਰਾਂਗੇ ਉਹੋ ਜਿਹੀ ਜੂਨ ਦੇ ਵਿੱਚ ਸਾਨੂੰ ਜਾਣਾ ਪਏਗਾ ਔਰ ਉੱਥੇ ਜਾ ਕੇ ਸਾਨੂੰ ਦੁਖੀ ਹੋਣਾ ਪਏਗਾ। ਉਸ ਦੁੱਖ ਦਾ ਕੋਈ ਇਲਾਜ ਨਹੀਂ, ਕੋਈ ਸਿਫਾਰਿਸ਼ ਨਹੀਂ, ਕੋਈ ਵੱਡੀ ਨਹੀਂ ਚੱਲਦੀ। ਉੱਥੇ ਅਸੀਂ ਕੀ ਕਰਾਂਗੇ, ਆਪਣਾ ਕੀਤਾ ਉੱਥੇ ਭੁਗਤਾਂਗੇ, ਰੋਵਾਂਗੇ, ਪਿੱਟਾਂਗੇ, ਕੋਈ ਸਾਡੀ ਫਰਿਆਦ ਨਹੀਂ ਸੁਣੇਗਾ। ਔਰ ਸੰਤ ਮਹਾਂਪੁਰਖ ਦੁਨੀਆਂ 'ਤੇ ਇਸੇ ਵਾਸਤੇ ਆ ਕੇ ਸਮਝਾਉਂਦੇ ਹੈ ਕਿ ਆਓ ਸਾਡਾ ਕਹਿਣਾ ਮੰਨੋ, ਸਾਡੇ ਆਖੇ ਲਓ, ਤੁਸੀਂ ਉਹਨਾਂ ਦੁੱਖਾਂ ਤੋਂ ਬਚ ਜਾਓ। ਸਵਾਮੀ ਜੀ ਮਹਾਰਾਜ ਜਿਸ ਤਰ੍ਹਾਂ ਬਾਣੀ 'ਚ ਫਰਮਾਉਂਦੇ ਹੈ, ਕੋਈ ਸੁਣੋ ਹਮਾਰੀ ਬਾਤ, ਕੋਈ ਚਲੋ ਹਮਾਰੇ ਸਾਥ, ਆਓ ਹਮਾਰੀ ਬਾਤ ਸੁਣੋ ਔਰ ਹਮਾਰੇ ਸਾਥ ਚਲੋ। ਮਹਾਂਪੁਰਖ ਸਾਨੂੰ ਲੈਣ ਵਾਸਤੇ ਆਏ ਹੈ, ਉਹ ਤੇ ਮਾਲਕ ਦਾ ਪ੍ਰੋਗਰਾਮ ਲੈ ਕੇ ਆਏ ਹੈ, ਲੇਕਿਨ ਅਸੀਂ ਜਾਣ ਵਾਸਤੇ ਤਿਆਰ ਨਹੀਂ। ਯਸੂ ਮਸੀਹ ਨੇ ਆਪਣੀ ਬਾਣੀ 'ਚ ਲਿਖਿਆ ਹੈ, ਤੂੰ ਮੇਰਾ ਦਰਵਾਜ਼ਾ ਟਕੋਰ, ਮੈਂ ਦਰਵਾਜ਼ੇ ਨੂੰ ਖੋਲ੍ਹਣ ਵਾਸਤੇ ਤਿਆਰ ਹਾਂ, ਮੈਂ ਬੈਠਾ ਹਾਂ। ਤੂੰ ਮੈਨੂੰ ਆਵਾਜ਼ ਮਾਰ, ਮੈਂ ਬੋਲਣ ਵਾਸਤੇ ਤਿਆਰ ਹਾਂ। ਤੂੰ ਮੇਰੇ ਪਾਸੋਂ ਕੁਝ ਮੰਗ, ਮੈਂ ਤੈਨੂੰ ਦੇਣ ਵਾਸਤੇ ਤਿਆਰ ਹਾਂ। ਲੇਕਿਨ ਅਸੀਂ 3 ਕੰਮਾਂ 'ਚੋਂ ਕੋਈ ਕੰਮ ਨਹੀਂ ਕਰਦੇ।
ਨਾ ਉਹਦੇ ਪਾਸੋਂ ਕੁਝ ਮੰਗਦੇ ਹਾਂ। ਜਿਹਦੇ ਪਾਸ ਹੈ ਉਹਦੇ ਪਾਸੋਂ ਅਸੀਂ ਮੰਗਦੇ ਨਹੀਂ, ਜਿਹਦੇ ਪਾਸ ਹੈ ਨਹੀਂ ਕੁਛ ਉਹਦੇ ਪਾਸੋਂ ਅਸੀਂ ਮੰਗਦੇ ਹਾਂ। ਉਹ ਦੇ ਸਾਨੂੰ ਕੀ? ਜਿਹਦੇ ਪਾਸ ਹੈ ਹੀ ਨਹੀਂ ਕੁਛ ਵੀ, ਉੱਥੇ ਅਸੀਂ ਫਰਿਆਦਾਂ ਕਰਾਂਗੇ, ਮੰਗਾਂਗੇ, ਉੱਥੋਂ ਸਾਨੂੰ ਮਿਲੇਗਾ ਕੀ? ਮਾਲਕ ਜਿਹਨਕਾ ਭੁੱਖਾ ਨੰਗਾ ਨਫਰ ਕਿੱਥੋਂ ਰੱਜ ਖਾਏ? ਜਿਹਦਾ ਮਾਲਕ ਹੀ ਭੁੱਖਾ ਨੰਗਾ, ਜਿਹਦੀ ਖੇਤੀ ਉੱਜੜ ਗਈ ਹੈ, ਖਲਾੜੇ ਵਾਸਤੇ ਤਾਂ ਕੀ ਹੈ? ਉਹ ਥਕ ਥਾਂ ਸੋਚਦਾ ਰਹੇਗਾ ਕੀ ਲਾਏਗਾ। ਜਿਹਦੀ ਖੇਤੀ ਵਿੱਚ ਕੁਛ ਨਹੀਂ, ਉਹ ਆਪ ਕੀ ਖਾਏਗਾ, ਦੂਸਰੇ ਨੂੰ ਕੀ ਦੇਵੇਗਾ? ਅਸੀਂ ਮੰਗਦੇ ਜ਼ਰੂਰ ਹਾਂ, ਸਾਡੀ ਮੰਗ ਬਹੁਤ ਤੇਜ਼ ਸਪੀਡ ਨਾਲ ਚੱਲ ਰਹੀ ਹੈ। ਅਸੀਂ ਜਿੱਧਰ ਵੀ ਜਾਂਦੇ ਹਾਂ ਮੰਗਦੇ ਹੀ ਮੰਗਦੇ ਹਾਂ। ਕਿਸੇ ਮੜੀ ਮਸਾਨ 'ਤੇ ਜਾਂਦੇ ਹਾਂ, ਉੱਥੇ ਅਸੀਂ ਝੋਲੀ ਅੱਡੀ ਹੁੰਦੀ ਹੈ। ਕਿਸੇ ਹੋਰ ਜਗ੍ਹਾ 'ਤੇ ਜਾਂਦੇ ਹਾਂ, ਉੱਥੇ ਅਸੀਂ ਜੰਗਲਾਂ ਪਹਾੜਾਂ 'ਚ ਜਿੱਥੇ ਵੀ ਜਾਂਦੇ ਹਾਂ, ਉੱਥੇ ਹੀ ਅਸੀਂ ਆਪਣੀ ਝੋਲੀ ਫੁਲਾਈ ਹੁੰਦੀ ਹੈ। ਲੇਕਿਨ ਜਿੱਥੇ ਹੈ ਕੁਝ ਨਹੀਂ, ਉੱਥੋਂ ਮੰਗਾਂਗੇ ਕੀ ਲਵਾਂਗੇ? ਜੇ ਮੰਗਾਂਗੇ ਵੀ ਤਾਂ ਸਾਨੂੰ ਉੱਥੋਂ ਮਿਲੇਗਾ ਕੀ? ਸਾਡੀ ਖਾਹਿਸ਼ ਉਹ ਪੂਰੀ ਨਹੀਂ ਹੋਏਗੀ। ਜਿਹੜੀ ਖਾਹਿਸ਼ ਸਾਨੂੰ ਚਾਹੀਦੀ, ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ, ਉਹ ਨਹੀਂ ਮਿਲੇਗੀ। ਪਲਟੂ ਸਾਹਿਬ ਜੀ ਬਾਣੀ 'ਚ ਕਹਿੰਦੇ ਹੈ, ਸਤਿਗੁਰ ਸੇਵਾ ਛੋੜ ਕਰ ਪੂਜੇ ਭੂਤ ਪਤਾਲ, ਪੂਜੇ ਭੂਤ ਪਤਾਲ ਮੂਏ ਫਿਰ ਪੂਤੇ ਹੋਈ। ਇਹ ਸਤਿਗੁਰ ਦੀ ਸੇਵਾ ਛੱਡ ਕੇ ਅਸੀਂ ਭੂਤਾਂ ਪਤਾਲਾਂ ਨੂੰ, ਮੜੀਆਂ ਮਸਾਨਾਂ ਨੂੰ ਪੂਜਦੇ ਹਾਂ, ਔਰ ਉਹਨਾਂ ਪਾਸੋਂ ਅਸੀਂ ਮੰਗਦੇ ਹਾਂ। ਉਹ ਸਾਡੀ ਮੰਗ ਇਹੀ ਪੂਰੀ ਕਰ ਸਕਦੇ ਹੈ ਕਿ ਜੈਸੇ ਉਹ ਆਪਣੇ ਐਸੇ ਹੀ ਸਾਨੂੰ ਬਣਾ ਸਕਦੇ। ਭੂਤ ਪ੍ਰੇਤ ਹੁੰਦੇ ਹੈ, ਉਹ ਸਾਨੂੰ ਆਪਣੇ ਸਾਥ ਮਿਲਾ ਲੈਣਗੇ। ਆਖਿਰ ਜਦ ਸਾਡਾ ਸਮਾਂ ਆਏਗਾ, ਉਹ ਭੂਤ ਪ੍ਰੇਤ ਹੀ ਸਾਡੀ ਇਸ ਰੂਹ ਆਤਮਾ ਨੂੰ ਕੱਢ ਕੇ ਲੈ ਜਾਣ। ਜਾਂ ਆਸ਼ਾ ਤਾਂ ਵਾਸ਼ਾ, ਆਸ਼ਾ ਦੇ ਮੁਤਾਬਕ ਸਾਨੂੰ ਜਨਮ ਮਿਲੇਗਾ। ਜੋ ਵੀ ਸਾਨੂੰ ਫਲ ਮਿਲਦਾ ਹੈ, ਸਾਡੀ ਖਾਹਿਸ਼ ਦੇ ਮੁਤਾਬਕ ਮਿਲਦਾ ਹੈ। ਜੈਸੀ ਜੈਸੀ ਕਿਸੇ ਨੂੰ ਖਾਹਿਸ਼ ਹੁੰਦੀ ਹੈ, ਐਸੇ ਹੀ ਉਹਨੂੰ ਫਲ ਮਿਲਦਾ ਹੈ। ਕਈ ਵਾਰ ਦੱਸਿਆ ਹੈ ਕਿ ਜਦੋਂ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਪਾਸ ਰਾਵਣ ਦਾ ਭਰਾ ਆਇਆ ਸੀ, ਤੇ ਉਹਦੇ ਵਿੱਚ ਇਹ ਖਾਹਿਸ਼ ਸੀ ਕਿ ਮੈਨੂੰ ਵੀ ਕਿਸੇ ਬੜੇ ਮੁਲਕ ਦਾ ਰਾਜਾ ਬਣਾਇਆ ਜਾਏ। ਤੋ ਸੰਤ ਸਾਡੇ ਪਹਿਲੇ ਪਿਆਰ ਨੂੰ ਨੋਟ ਕਰ ਲੈਂਦੇ ਹੈ ਕਿ ਉਸ ਪਿਆਰ ਦੇ ਪਿੱਛੇ ਹੀ ਸਾਡੇ ਨਾਲ ਭੁਗਦੇ ਰਹਿੰਦੇ ਹੈ। ਚਾਹੇ ਅਸੀਂ ਗਲਤੀਆਂ ਵੀ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਉਹ ਫਿਰ ਵੀ ਉਸ ਪਿਆਰ ਨੂੰ ਦੇਖਦੇ ਹੈ ਕਿ ਜਿਹੜਾ ਉਸਦਾ ਉਸ ਘੜੀ ਦਾ ਉਸ ਮਿੰਟ ਦਾ ਪਿਆਰ ਹੁੰਦਾ। ਜੰਗ ਹੋਇਆ ਕੁਦਰਤੀ, ਸੀਤਾ ਚੁਰਾ ਕੇ ਰਾਵਣ ਲੈ ਗਿਆ, ਜੰਗ ਹੋਇਆ, ਰਾਵਣ ਮੂਰਛਾ ਹੋ ਗਿਆ। ਜਦੋਂ ਸ਼੍ਰੀ ਰਾਮ ਚੰਦਰ ਦੇ ਪਾਸ ਫਿਰ ਆਏ ਤੇ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਉਹਨੂੰ ਕਿਹਾ, ਭਾਈ ਦੂਜਾ ਲੈਂਕਾ ਦਾ ਰਾਜ ਕਰ। ਕਹਿਣ ਲੱਗਾ, ਜੀ ਮੈਂ ਕੋਈ ਸੁੱਖਣ ਤਾਂ ਨਹੀਂ ਕੀਤੀ ਕਿ ਮੇਰਾ ਭਰਾ ਮਰ ਜਾਏਗਾ ਤੇ ਮੈਂ ਰਾਜ ਕਰਾਂਗਾ। ਕਹਿੰਦੇ ਤੂੰ ਸੁੱਖਣ ਤਾਂ ਨਹੀਂ ਕੀਤੀ, ਪਰ ਜਦੋਂ ਤੂੰ ਸਾਡੇ ਪਾਸ ਆਇਆ ਤੇ ਉਸ ਵਕਤ ਤੇਰੀ ਖਾਹਿਸ਼ ਕੀ ਸੀ? ਉਸ ਵਕਤ ਤੇਰੀ ਇਹੀ ਖਾਹਿਸ਼ ਸੀ ਕਿ ਮੈਨੂੰ ਵੀ ਕਿਸੇ ਮੁਲਕ ਦਾ ਰਾਜਾ ਬਣਾਇਆ ਜਾਏ, ਤੂੰ ਜਾ ਕੇ ਰਾਜ ਕਰ। ਇਸ ਵਾਸਤੇ ਜੈਸੀ ਸਾਡੀ ਖਾਹਿਸ਼ ਹੁੰਦੀ ਹੈ, ਖਾਹਿਸ਼ ਦੇ ਮੁਤਾਬਕ ਸਾਨੂੰ ਫਲ ਮਿਲਦਾ ਹੈ। ਇਸੇ ਵਾਸਤੇ ਸੰਤ ਮਹਾਂਪੁਰਖ ਸਾਨੂੰ ਸਮਝਾਉਂਦੇ ਹੈ ਕਿ ਤੂੰ ਖਾਹਿਸ਼ ਰੱਖ ਜ਼ਰੂਰ, ਲੇਕਿਨ ਆਪਣੇ ਮਹਿਬੂਬ ਦੇ ਮਿਲਣ ਦੀ ਖਾਹਿਸ਼ ਰੱਖ। ਤੂੰ ਕਿਸ ਦੁਨੀਆਂ ਦੇ ਨਾਸ਼ ਚੀਜ਼ਾਂ, ਨਾਸ਼ਬਾਨ ਚੀਜ਼ਾਂ ਜਿਹੜੀਆਂ ਦੁਖਦਾਈ ਚੀਜ਼ਾਂ ਜਿਹੜੀਆਂ ਨੇ, ਉਹਨਾਂ ਦੀ ਖਾਹਿਸ਼ ਨਾ ਰੱਖ। ਅਗਰ ਰੱਖਣੀ ਵੀ ਖਾਹਿਸ਼ ਹੈ ਤੇ ਉਸ ਪਵਿੱਤਰ ਹਸਤੀ ਦੀ ਖਾਹਿਸ਼ ਰੱਖ। ਐ ਮਾਲਕ ਤੂੰ ਮੈਨੂੰ ਮਿਲ, ਤੂੰ ਮੇਰੇ ਤੇ ਦਿਆ ਕਰ, ਤੂੰ ਆਪਣੇ ਦਰਸ਼ਨ ਦੇ, ਆਪਣੇ ਗੁਣ ਮੈਨੂੰ ਦੇ। ਇਹ ਖਾਹਿਸ਼ ਸਾਡੀ ਜ਼ਰੂਰ ਰਹਿਣੀ ਚਾਹੀਦੀ ਹੈ।
ਹਾਂ ਜੀ ਜੇ ਹਾਂ ਬੀਜੇ ਸੋਲਣੇ ਮੱਥ ਜੋ ਲਿਖਿਆਸ ਰਹਿਣ ਬਿਹਾਣੀ ਪਛੋ ਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਏ ਸੋ ਦਰਗਾ ਹੋਏ ਖਲਾਸ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਰਹਿਣ ਬਿਹਾਣੀ ਪੱਛੋ ਤਾਣੀ। ਜਿਸ ਤਰ੍ਹਾਂ ਅਸੀਂ ਰਾਤ ਨੂੰ ਸੌ ਜਾਂਦੇ ਹਾਂ, ਸੁਬਾਹ ਉੱਠਦੇ ਹਾਂ, ਤਾਂ ਜਿਹਦੇ ਪਾਸ ਕੋਈ ਮੁਰਸ਼ਦ ਦਾ ਸਲਾਹ ਮਸ਼ਵਰਾ ਕੋਈ ਸਿੱਖਿਆ ਹੈ, ਜਿਹਦੇ ਪਾਸ ਉਹ ਨਾਮ ਹੈ, ਉਹ ਜ਼ਰੂਰ ਸਵੇਰੇ ਉੱਠ ਕੇ ਚਿੰਤਾ ਕਰੇਗਾ ਕਿ ਮੈਂ ਭਜਨ ਨਹੀਂ ਕੀਤਾ। ਜ਼ਰੂਰ ਉਹਦੇ ਦਿਲ ਚ ਆਏਗਾ, ਚਾਹੇ ਉਹ ਕੀਤਾ ਜਾਂ ਨਾ ਕੀਤਾ ਉਸਨੇ, ਅਗਰ ਗਲਤੀ ਕੀਤੀ ਉਹਨੂੰ ਜ਼ਰੂਰ ਸਵੇਰੇ ਚਿੰਤਾ ਆਏਗੀ। ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਰਹਿਣ ਬਿਹਾਣੀ ਪੱਛੋ ਤਾਣੀ। ਭਾਈ ਜਦ ਅਸੀਂ ਇੱਥੋਂ ਦੁਨੀਆਂ ਤੋਂ ਚਲਾ ਮੁੱਕ ਗਿਆ, ਫਿਰ ਅਸੀਂ ਪਛਤਾਵਾਂਗੇ। ਪਰ ਫਿਰ ਪਛਤਾਇਆ, ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਫਿਰ ਪਛਤਾਇਆ ਕਿਆ ਕਰੇ ਜਦ ਚਿੜੀਆਂ ਖਾਇਆ ਖੇਤ, ਜਦ ਚਿੜੀਆਂ ਖੇਤ ਚੁੱਕ ਗਈਆਂ, ਫਿਰ ਅਸੀਂ ਪਛਤਾਵਾਂਗੇ ਤੇ ਕੀ ਕਰਾਂਗੇ। ਸਾਨੂੰ ਪਹਿਲਾਂ ਹੀ ਪਛਤਾ ਹੋਣਾ ਚਾਹੀਦਾ, ਪਹਿਲਾਂ ਹੁਸ਼ਿਆਰੀ ਹੋਣੀ ਚਾਹੀਦੀ, ਪਹਿਲਾਂ ਹੀ ਉਸ ਦਾ ਧਿਆਨ ਹੋਣਾ ਚਾਹੀਦਾ ਕਿ ਕਿਤੇ ਸਾਨੂੰ ਬਾਅਦ 'ਚ ਨਾ ਪਛਤਾਉਣਾ ਪਏ। ਅਸੀਂ ਉਸ ਮਾਲਕ ਦੇ ਪਾਸ ਜਾ ਕੇ ਕੀ ਦੱਸਾਂਗੇ? ਉਸ ਮਾਲਕ ਨੇ ਕੋਈ ਕਮੀ ਨਹੀਂ ਰੱਖੀ ਸਾਡੇ ਵਾਸਤੇ, ਕੋਈ ਕਸਰ ਨਹੀਂ ਛੱਡੀ, ਹਰ ਇੱਕ ਚੀਜ਼ ਸਾਨੂੰ ਬਖਸ਼ਿਸ਼ ਕੀਤੀ ਹੈ। ਅਸੀਂ ਇਨਸਾਨ ਹਾਂ, ਅਸੀਂ ਪਸ਼ੂ ਨਹੀਂ, ਅਸੀਂ ਪਰਿੰਦੇ ਨਹੀਂ, ਸਾਨੂੰ ਸਾਰੀ ਸੂਝਬੂਝ ਹੈ। ਔਰ ਸਾਡੀ ਸੇਫਟੀ ਵਾਸਤੇ ਪਰਮਾਤਮਾ ਨੇ ਹਰ ਇੱਕ ਚੀਜ਼ ਪੈਦਾ ਕੀਤੀ। ਔਰ ਮਨ ਪਾਉਂਦੇ, ਅਸੀਂ ਖਾਂਦੇ ਪੀਂਦੇ ਹਾਂ, ਲਾਉਂਦੇ ਹਾਂ, ਚਲਦੇ ਫਿਰਦੇ ਹਾਂ, ਹਰ ਇੱਕ ਚੀਜ਼, ਯਾਨੀ ਅਸੀਂ ਇਸ ਸਰੀਰ ਨੂੰ ਆਪਣੀ ਮਰਜ਼ੀ ਦਾ ਦਿੰਦੇ ਹਾਂ, ਲੇਕਿਨ ਫਿਰ ਵੀ ਅਸੀਂ ਉਸ ਕਰਤੇ ਨੂੰ ਯਾਦ ਨਹੀਂ ਕਰਦੇ, ਉਸ ਭਗਵਾਨ ਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ ਜਿਸ ਨੇ ਇੰਨਾ ਕੁਛ ਸਾਡੇ ਵਾਸਤੇ ਬਖਸ਼ਿਸ਼ ਕੀਤੀ ਹੈ, ਇੰਨਾ ਕੁਛ ਸਾਡੇ ਤੇ ਪੈਦਾ ਕੀਤਾ ਹੈ ਸਾਡੇ ਵਾਸਤੇ। ਮੈਂ ਕਈ ਵਾਰ ਵਿਚਾਰ ਕੀਤੀ ਕਿ ਦੇਖੋ ਮਾਲਕ ਕਿਤਨਾ ਸਿਆਣਾ, ਕਿਤਨਾ ਸਿਆਣਾ ਹੈ, ਐਸੇ ਦੁਨੀਆਂ ਦੇ ਵਿੱਚ ਇੱਕ ਇਨਸਾਨ ਵਾਸਤੇ ਉਸਨੇ ਨੇਕਾਂ ਚੀਜ਼ਾਂ ਜ਼ਮੀਨ ਵਿੱਚ ਪੈਦਾ ਕਰ ਦਿੱਤੀਆਂ, ਇਸ ਬੰਦੇ ਵਾਸਤੇ ਐਸੇ ਜ਼ਮੀਨ ਵਿੱਚ ਫਲ ਫਲੂਟ ਪੈਦਾ ਕਰ ਦਿੱਤੇ, ਦਰਖਤਾਂ ਦੇ ਦਰਜੇ ਰੱਖ ਦਿੱਤੇ। ਕਈਆਂ ਦਰਖਤਾਂ ਨੂੰ ਕੋਈ ਫਲ ਪੈਂਦਾ, ਕਿਸੇ ਨੂੰ ਕੋਈ ਫਲ ਪੈਂਦਾ, ਕਿਸੇ ਨੂੰ ਕੋਈ ਫਲ, ਕਈਆਂ ਨੂੰ ਕੋਈ ਫਲ ਨਹੀਂ ਪੈਂਦਾ, ਉਹਨਾਂ ਦੀ ਲੱਕੜੀ ਕਿਸੇ ਨਾ ਕਿਤੇ ਅਸੀਂ ਕੰਮ ਲੈਂਦੇ। ਔਰ ਜ਼ਮੀਨਾਂ ਵਿੱਚ ਕਣਕ ਚੌਲ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪੈਦਾ ਕਰ ਦਿੱਤੀਆਂ ਸਾਡੇ ਵਰਤਾਓ ਵਾਸਤੇ, ਦੁਨੀਆਂ ਦੇ ਚਾਲ ਚੱਲਣ ਚਲਾਉਣ ਵਾਸਤੇ। ਇਸੇ ਜ਼ਮੀਨ ਵਿੱਚ ਪਾਣੀ ਪੈਦਾ ਕਰ ਦਿੱਤਾ ਹੈ, ਇਸੇ ਜ਼ਮੀਨ ਵਿੱਚ ਤੇਲ ਪੈਦਾ ਕਰ ਦਿੱਤਾ ਹੈ, ਇਸੇ ਜ਼ਮੀਨ ਵਿੱਚ ਸੋਨਾ ਚਾਂਦੀ ਪੈਦਾ ਕਰ ਦਿੱਤਾ, ਲੋਹਾ ਪੈਦਾ ਕਰ ਦਿੱਤਾ, ਕੋਲੇ ਦੀਆਂ ਖਾਣਾਂ ਪੈਦਾ ਕਰ ਦਿੱਤੀਆਂ। ਪਤਾ ਨਹੀਂ ਕਿ ਕਦ ਦੇ ਉਹਨਾਂ ਖਾਣਾਂ 'ਚ ਕੋਲਾ ਨਿਕਲ ਰਿਹਾ ਹੈ, ਅੱਜ ਤੱਕ ਕੋਈ ਮੁੱਕਦਾ ਹੀ ਨਹੀਂ। ਕੋਈ ਪੱਥਰ ਪੈਦਾ ਕਰ ਦਿੱਤਾ, ਕੀਮਲਦਾਰ ਪੱਥਰ ਪੈਦਾ ਇੱਥੇ ਹੀ ਕਰ ਦਿੱਤਾ, ਇੱਕ ਪਹਾੜੀ ਵਿੱਚ ਮਿੱਟੀ ਹੈ, ਇੱਕ ਪਹਾੜੀ 'ਚ ਪੱਥਰ ਨਿਕਲ ਰਿਹਾ।
ਮਗਰ ਆਏ ਜਾ ਕੇ ਤੁਸੀਂ ਦੇਖੋ ਕਮ ਅਜ ਕਮ ਕੋਈ 10-15 ਮੀਲ ਏਰੀਏ ਦੇ ਵਿੱਚ ਫੈਕਟਰੀ, ਜਿਸ ਪਹਾੜੀ ਦੇ ਵਿੱਚੋਂ ਸ਼ੈਂਕਮਾਰ ਬਾਅਦ ਪੱਥਰ ਨਿਕਲ ਰਿਹਾ, ਬਡੋਜਰ ਲੱਗੇ ਆ, ਬੜੇ ਬੜੇ ਪਹਾੜੀ ਚੁੱਕ ਕੇ ਉਹ ਆਰੇ ਲੱਗੇ ਆ, ਚੀਰੀ ਜਾਂਦੀ ਆ, ਪਤਾ ਨਹੀਂ ਕਦ ਦੇ ਕੱਢਣ ਡਏ ਆ, ਲੇਕਿਨ ਉਹ ਅੱਗੇ ਕਿ ਤੁਰੀ ਜਾਂਦਾ। ਇੱਕ ਵਿੱਚ ਮਿੱਟੀ ਹੈ, ਇੱਕ ਵਿੱਚ ਦੂਸਰਾ ਪੱਥਰ ਹੈ, ਕਿਸੇ ਵਿੱਚ ਉਹਦੇ ਵਿੱਚੋਂ ਪੱਥਰ ਹੈ। ਸੋਚਿਆ ਕਿ ਬਾਹਰ ਦੇਖੋ ਉਸ ਪਰਮਾਤਮਾ ਕਿਤਨੀ ਸੂਝ ਬੋਝ ਹੈ, ਔਰ ਸਾਡੇ ਵਰਤਾਓ ਵਾਸਤੇ ਉਹਨਾਂ ਨੇ ਹਰ ਤਰ੍ਹਾਂ ਦੀ ਚੀਜ਼ ਪੈਦਾ ਕੀਤੀ ਹੈ। ਇਸੇ ਵਾਸਤੇ ਸਵਾਮੀ ਜੀ ਮਹਾਰਾਜ ਇੱਕ ਸ਼ਬਦ ਵਿੱਚ ਕਿਹਾ ਹੈ, ਆਖਰ ਤੁਕ ਵਿੱਚ ਸਭ ਕੁਝ ਕਹਿ ਕੇ ਸਾਰਾ ਸ਼ਬਦ ਪੜ੍ਹ ਕੇ ਦੇ ਆਖਰੀ ਤੁਕ ਵਿੱਚ ਸਵਾਮੀ ਜੀ ਮਹਾਰਾਜ ਫਰਮਾਇਆ ਹੈ ਕਿ ਮੈਂ ਸਮਝਦਾ ਕਿ ਤੂੰ ਬੜਾ ਬੇਈਮਾਨ ਹੈ। ਸਵਾਮੀ ਜੀ ਮਹਾਰਾਜ ਕਿਹਾ ਹੈ ਬਾਣੀ ਚ, ਤੂੰ ਬੜਾ ਬੇਈਮਾਨ ਹੈ, ਇੰਨਾ ਕੁਛ ਲੈਂਦਾ ਹੋਈ ਫਿਰ ਵੀ ਉਸ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ, ਫਿਰ ਉਸ ਮਾਲਕ ਦਾ ਨਾਮ ਨਹੀਂ ਲੈਂਦਾ। ਸਾਡਾ ਫਰਜ਼ ਹੈ ਕਿ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰੀਏ, ਔਰ ਖਾਂਦੇ ਪੀਂਦੇ ਚਲਦੇ ਫਿਰਦੇ ਕੰਮ ਕਾਜ ਕਰਦੇ, ਕਦੀ ਵੀ ਅਸੀਂ ਉਹਨੂੰ ਨਾ ਬਸਾਰੀਏ। ਹਾਂਜੀ, ਰਹਿਣ ਬਿਹਾਣੀ ਪਛੋ ਤਾਣੀ ਉੱਠ ਚਲੀ ਗਈ ਨਿਰਾਸ, ਜਿਨ ਕੋ ਸਾਧੂ ਪੇਟੀਏ ਸੋ ਦਰਗਾਹ ਖਲਾਸ। ਗੁਰੂ ਸਾਹਿਬ ਜੀ ਫਿਰ ਸਾਧੂ ਦਾ ਦਰਜਾ ਰੱਖਿਆ। ਸਾਧੂ ਆਮ ਨਹੀਂ, ਸਾਧੂ ਕਿਸ ਨੂੰ ਕਿਹਾ ਗਿਆ? ਜਿਸ ਨੇ ਮਨ ਦੀ ਸਾਧਨਾ ਕੀਤੀ ਹੈ, ਜਿਸ ਨੇ ਮਨ ਦੀਆਂ ਪ੍ਰਕਿਰਤੀਆਂ ਨੂੰ ਆਪਣੇ ਵੱਸ ਚ ਕੀਤਾ ਹੈ, ਜਿਸ ਨੇ ਉਹ ਰਸ ਮਾਲਕ ਦਾ ਲੈ ਲਿਆ, ਉਹ ਸ਼ਬਦ ਰਸ ਚੱਖ ਲਿਆ। ਸਾਧੂ ਆਮ ਨਹੀਂ। ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਹਨਾਂ ਦਾ ਪਿਆਰ ਕਿਸੇ ਸਾਧੂ ਨਾਲ ਮਹਾਤਮਾ ਨਾਲ ਹੋ ਗਿਆ, ਉਹਨਾਂ ਪਾਸੋਂ ਰਾਹ ਰਸਤਾ ਲੈ ਕੇ ਮਿਹਨਤ ਕੀਤੀ, ਉਹ ਸ਼ਬਦ ਦੀ ਕਮਾਈ ਕੀਤੀ, ਉਹ ਦਰਗਾਹ ਵਿੱਚ ਪਹੁੰਚ ਗਏ। ਉਹਨਾਂ ਨੂੰ ਕੋਈ ਰੁਕਾਵਟ ਨਹੀਂ, ਉਹ ਆਪਣੇ ਮਾਲਕ ਦੇ ਪਾਸ ਚਲਾ ਗਏ। ਔਰ ਜਿਹਨਾਂ ਨੂੰ ਕੋਈ ਐਸਾ ਸਾਧੂ ਨਹੀਂ ਮਿਲਿਆ, ਉਹ 84 ਦੇ ਚੱਕਰ ਵਿੱਚ ਆਉਂਦੇ ਜਾਂਦੇ ਰਹੇ। ਸਾਧੂ ਹੁਣ ਕਈ ਤਰ੍ਹਾਂ ਦੇ ਸਾਧੂ ਬਣੇ ਹੈਗੇ ਹੈ, ਕਈਆਂ ਸਾਧੂਆਂ ਨੇ ਡਰੈਸ ਬਣਾ ਲਿਆ, ਕੱਪੜੇ ਭਗਵੇਂ ਪਾ ਲਏ, ਕਿਸੇ ਨੇ ਕੁਝ ਕਰ ਲਿਆ, ਕਿਸੇ ਨੇ ਕੁਝ ਬਣਾ ਲਿਆ, ਕਈਆਂ ਨੇ ਆਪਣੇ ਕਮਰਿਆਂ 'ਚ ਹਰ ਤਰ੍ਹਾਂ ਦੀਆਂ ਫੋਟੋਆਂ ਲਾ ਕੇ ਅਤੇ ਸਾਧੂਆਂ ਦਾ ਵੇਸ਼ ਬਣਾ ਲਿਆ ਦੁਨੀਆਂ ਨੂੰ ਠੱਗਣ ਵਾਸਤੇ। ਪਰ ਜਿਹਨਾਂ ਦਾ ਦਰਬਾਰ ਹੈ, ਉਹਨਾਂ 40 ਸਾਲ ਤਪੱਸਿਆ ਕੀਤੀ, ਉਹਨਾਂ ਨੂੰ ਸਾਰਾ ਹੀ ਪਤਾ ਸੀ, ਉਹ ਸਾਰਾ ਸਾਧੂਆਂ ਦਾ ਪਖੰਡ ਸਾਰਾ ਦੱਸਦੇ ਹੁੰਦੇ ਸੀ। ਕਹਿੰਦੇ ਸਾਰਾ ਪਖੰਡ ਹੈ, ਭਜਨ ਕਰਨ ਵਾਸਤੇ ਇਹਨੂੰ ਕਿਸੇ ਵੇਸ਼ ਬਦਲਣ ਦੀ ਲੋੜ ਨਹੀਂ, ਕਿਸੇ ਸਮਾਜ ਬਦਲਣ ਦੀ ਜ਼ਰੂਰਤ ਨਹੀਂ। ਔਰ ਇਹਨਾਂ ਵੇਸ਼ਾਂ ਦੇ ਨਾਲ, ਇਹਨਾਂ ਤਬਦੀਲੀਆਂ ਦੇ ਨਾਲ ਸਾਡਾ ਮਾਲਕ ਖੁਸ਼ ਨਹੀਂ ਹੋਏਗਾ। ਸਾਨੂੰ ਤਬਦੀਲੀ ਜ਼ਰੂਰ ਕਰਨੀ ਹੈ, ਕਰਨੀ ਵੀ ਚਾਹੀਦੀ ਹੈ, ਪਰ ਕਿਸ ਚੀਜ਼ ਦੀ ਕਰਨੀ ਚਾਹੀਦੀ ਹੈ? ਜੋ ਸਾਡਾ ਮਨ ਗਲਤੀ ਵੱਲ ਜਾਂਦਾ ਹੈ, ਸਾਡਾ ਖਿਆਲ ਜਿਹੜਾ ਗਲਤ ਕੰਮ ਕਰਨਾ ਚਾਹੁੰਦਾ ਹੈ, ਉਹਨੂੰ ਸਹੀ ਕੰਮ 'ਤੇ ਲਿਆਉਣਾ, ਉਹਨੂੰ ਸਤਿਗੁਰ ਦੇ ਚਰਨਾਂ ਵਿੱਚ ਲਗਾਉਣਾ ਹੈ। ਜਿਹੜੀ ਖਾਸ ਸਾਡੀ ਚੋਰੀਆਂ ਠੱਗੀਆਂ ਵੱਲ ਜਾਂਦੀ ਹੈ, ਉਹਨੂੰ ਸਤਿਗੁਰ ਦੇ ਚਰਨਾਂ 'ਚ ਲਗਾਓ। ਇਹ ਤਬਦੀਲੀ ਕਰਨੀ ਹੈ, ਕਰਨੀ ਜ਼ਰੂਰ ਹੈ, ਲੇਕਿਨ ਇਹ ਨਹੀਂ ਕਰਨੀ
ਸੀ, ਕੋਈ ਸੁਪਨੇ ਦੇ ਤਬਦੀਲੀ ਕਰ ਲਈ ਸੀ, ਅਸੀਂ ਉਹ ਸ਼ਬਦ ਰਸ ਲੈ ਲਿਆ। ਨਗਨ ਪਈ ਇੱਕ ਰੰਗ ਸੇ ਬਹੁ ਸੋਭਾ ਪਾਏ। ਗੁਰੂ ਸਾਹਿਬ ਜੀ ਫਰਮਾਉਂਦੇ ਭਾਵੇਂ ਕੱਪੜਾ ਵੀ ਨਹੀਂ, ਪਾਟਾ ਕੱਪੜਾ ਹੈ, ਲੇਕਿਨ ਉਸ ਰੰਗ ਵਿੱਚ ਰੰਗਿਆ, ਉਹ ਸ਼ਬਦ ਦੇ ਰੰਗ ਵਿੱਚ ਰੰਗਿਆ, ਉਹਦੀ ਉੱਥੇ ਵੀ ਸੋਭਾ ਹੈ। ਲਾਲ ਰੂੜੀਆਂ ਦੇ ਉੱਤੋਂ ਕੱਢ ਕੇ ਲੈ ਜਾਓ, ਉਹਦੀ ਕੀਮਤ ਨਹੀਂ ਕੱਢ ਸਕਦੀ, ਸੋਨੇ ਦੀ ਕਦੇ ਕੀਮਤ ਨਹੀਂ ਕੱਢ ਸਕਦੀ। ਲਾਲ ਤੁਸੀਂ ਪਾਟੇ ਕੱਪੜੇ 'ਚ ਪਾਇਆ ਹੋਏਗਾ, ਉੱਥੇ ਵੀ ਚਮਕਾ ਮਾਰੇਗਾ। ਇਹ ਜਿਹਨਾਂ ਦਾ ਦਰਬਾਰ ਹੈ, ਉਹਨਾਂ ਦਿਨ ਰਾਤ ਕਮਾਈ ਕੀਤੀ ਹੈ ਸ਼ਬਦ ਦੀ, ਔਰ ਉਸ ਸੱਤ ਨੂੰ ਕਾਇਮ ਕੀਤਾ, ਉਸ ਸ਼ਕਤੀ ਨੂੰ ਕਾਇਮ ਕੀਤਾ, ਔਰ ਮਨ ਦੇ ਉੱਤੇ ਸਵਾਰ ਹੋਇਆ, ਮਨ ਦੀਆਂ ਖਾਹਿਸ਼ਾਂ ਨੂੰ ਉਹਨਾਂ ਨੇ ਆਪਣੇ ਬਸ ਵਿੱਚ ਕੀਤਾ ਹੈਗਾ। ਇਹ ਸਾਡੀਆਂ ਮਨ ਦੀਆਂ ਖਾਹਿਸ਼ਾਂ ਹਰ ਚੀਜ਼ ਨਾਲ ਬਦਲਦੀਆਂ ਰਹਿੰਦੀਆਂ, ਹਰ ਚੀਜ਼ ਨਾਲ ਫੈਲਦੀਆਂ ਰਹਿੰਦੀਆਂ ਨੇ, ਲੈਣ ਦੇਣ 'ਤੇ ਵੀ ਫੈਲਦੀਆਂ ਰਹਿੰਦੀਆਂ ਨੇ। ਕਈ ਵਾਰ ਇਹ ਵਿਚਾਰ ਆਈ ਹੈ ਕਿ ਦੇਖੋ ਉਹਨਾਂ ਦਾ ਕਿਤਨਾ ਉੱਚਾ ਖਿਆਲ ਸੀ, ਕਿਤਨਾ ਉੱਚਾ ਖਿਆਲ। ਤੁਸੀਂ ਬਹਿ ਜਾਓ ਸਾਰੇ ਜਣੇ ਜਿਹੜੇ ਵਿੱਚ ਖੜੇ ਹੋ, ਸਾਰੇ ਬਹਿ ਜਾਓ, ਬੈਠੋ ਬੈਠੋ ਸਾਰੇ। ਕਿਤਨਾ ਉੱਚਾ ਖਿਆਲ ਸੀ ਕਿ ਜਦ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋਏ, ਲੋਕਾਂ ਕੋਲੋਂ ਕੋਈ ਪੈਸੇ ਪੁਸੇ ਲੈਣੇ ਸੀ, ਇੱਥੋਂ ਗਏ ਜਾ ਕੇ ਉਹਨਾਂ ਲੋਕਾਂ ਨੂੰ ਬੁਲਾਇਆ ਭਈ ਤੁਹਾਡੇ ਪਾਸ ਪੈਸੇ ਹੈ, ਜਿਸਨੇ 100 ਰੁਪਈਆ ਦੇਣਾ ਸੀ ਉਸਨੇ ਕਿਹਾ 50 ਰੁਪਈਏ ਮੇਰੇ ਕੋਲ ਹੈਗੇ। ਕਹਿਣ ਲੱਗੇ ਤੇਰੇ ਵੀ ਮੌਕੇ, ਚੱਲ ਲੀਕ ਮਾਰੇ। ਜਿਹਨੇ 50 ਦੇ 25 ਦੱਸੇ ਤੇਰੇ ਵੀ ਮੁੱਕੇ, ਜਿਸਨੇ ਕਿਹਾ ਮੇਰੇ ਪਾਸ ਹੈ ਨਹੀਂ ਤੇਰੇ ਵੀ ਮੁੱਕ ਗਏ। ਅੱਜ ਅਸੀਂ ਪੈਸੇ ਪੈਸੇ ਪ੍ਰਤੀ ਲੜਾਈਆਂ ਲੈਂਦੇ ਹਾਂ। ਉਹਨਾਂ ਨੇ ਕਿਉਂ ਇਹ ਕੰਮ ਕੀਤਾ? ਉਹਨਾਂ ਕਿਹਾ ਸੀ ਤੇ ਉਸ ਮਹਬੂਬ ਨੂੰ ਮਿਲਣਾ। ਸਾਡਾ ਖਿਆਲ ਜਿਹੜਾ ਹੈ ਪੈਸੇ ਹੀ ਗਿਣਦਾ ਰਹੇਗਾ, ਇਸ ਕਰਕੇ ਉਹਨਾਂ ਸਭ ਕੁਝ ਖਤਮ ਕਰ ਦਿੱਤਾ ਤੇ ਆਪਣੇ ਖਿਆਲ ਨੂੰ ਪੂਰਾ ਆਪਣੇ ਸਤਿਗੁਰ ਦੇ ਨਾਲ ਟੈਚ ਕਰ ਦਿੱਤਾ। ਇਹ ਉਹਨਾਂ ਦਾ ਦਰਬਾਰ ਹੈ। ਉਹ ਕਹਿੰਦੇ ਹੁੰਦੇ ਪਖੰਡ ਨਹੀਂ ਚੱਲਦਾ, ਪਖੰਡ ਜਿਹੜਾ ਥੋੜ੍ਹੇ ਦਿਨ ਚੱਲਦਾ ਹੈਗਾ, ਅਸਲ ਚੀਜ਼ ਅਸਲ ਹੈ। 40 ਸਾਲ ਉਹਨਾਂ ਤਪੱਸਿਆ ਕੀਤੀ ਹੈ, ਦਿਨ ਰਾਤ ਮਿਹਨਤ ਕੀਤੀ ਹੈ। ਕੋਈ ਵੀ ਉਹਨਾਂ ਦੇ ਪਾਸ ਆਉਂਦਾ ਹੁੰਦਾ ਸੀ ਤਾਂ ਇਹੀ ਉਪਦੇਸ਼ ਉਹਨੂੰ ਦੇ ਦੇ ਕੇ ਭਾਈ ਭਜਨ ਕਰ, ਭਜਨ ਦੇ ਬਿਨਾਂ ਉਹਨਾਂ ਕੁਛ ਦੱਸਣਾ ਹੀ ਨਹੀਂ। ਅਸੀਂ ਭਜਨ ਨੂੰ ਸਮਝਦੇ ਹੀ ਨਹੀਂ, ਅਸੀਂ ਇੱਦਾਂ ਹੀ ਸਾਧੂ ਬਣ ਜਾਂਦੇ ਹਾਂ ਬਗੈਰ ਭਜਨ ਦੇ। ਬਗੈਰ ਭਜਨ ਦੇ ਸਾਧੂ ਬੜਾ ਮਿੰਟਾਂ 'ਚ ਬੰਦਾ ਬਣ ਜਾਂਦਾ, ਉਹ ਕਹਿੰਦੇ ਹੁੰਦੇ ਇੱਥੇ ਤਾਂ ਕਿਸੇ ਦੇ ਆਪਣੇ ਚਾਚੇ ਨੂੰ ਵੀ ਨਹੀਂ ਵੀ ਕਿਸੇ ਨੇ ਬਖਸ਼ਣਾ ਹੈਗਾ, ਬੇਸ਼ੱਕ ਜਿੱਦਾਂ ਮਰਜ਼ੀ ਹੋਵੇ। ਔਰ ਸਵਾਮੀ ਜੀ ਮਹਾਰਾਜ ਜਿਹਨਾਂ ਨੇ ਮਿਸ਼ਨ ਚਲਾਇਆ, ਉਹਨਾਂ ਆਪਣੀ ਬਾਣੀ 'ਚ ਲਿਖਿਆ ਸੀ, ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਫਿਰ ਪਤਾ ਨਹੀਂ ਕੀ ਕਰਦੇ ਹਾਂ। ਉਹਨਾਂ ਬਾਣੀ 'ਚ ਲਿਖਿਆ, ਬਿਨ ਗੁਰ ਬਿਨ ਕਰਨੀ ਛੁੱਟੇ ਨਾ ਖਾਣ ਕਾ ਫਿਰਨਾ, ਬਗੈਰ ਸਤਿਗੁਰ ਦੇ ਬਗੈਰ ਕਰਨੀ ਦੇ ਤੇਰਾ ਖਾਣਾ ਖਾਣਾ ਦਾ ਫਿਰਨਾ ਨਹੀਂ ਛੁੱਟੇ, ਤੁਹਾਨੂੰ ਜਾਣਾ ਹੀ ਪਏਗਾ। ਅਸੀਂ ਕਹਿੰਦੇ ਆਪੇ ਲੈ ਜਾਓ ਸਾਰੀ ਸੰਗਤ ਦਾ ਬਾਣੀ, ਅਸੀਂ ਬਹੁਤ ਸਾਰੇ ਲੋਕ ਇਹ ਸ਼ਬਦ ਪੜ੍ਹਦੇ ਹਾਂ, ਆਪੇ ਲੈ ਜਾਓ ਸਾਰੀ ਸੰਗਤ ਦਾ ਬਾਲੀ, ਇਹ ਨਹੀਂ ਪਤਾ ਕਿ ਬਾਲੀ ਬੈਠਾ ਕਿੱਥੇ ਹੈ। ਜੇ ਅਸੀਂ ਉਸ ਸਟੇਸ਼ਨ 'ਤੇ ਜਾਵਾਂਗੇ ਤਾਂ ਹੀ ਲਏਗਾ ਨਾ, ਜਦੋਂ ਅਸੀਂ ਗੱਡੀ ਦੇ ਸਟੇਸ਼ਨ 'ਤੇ ਪਹੁੰਚਦੇ ਹਾਂ ਤਾਂ ਹੀ ਗੱਡੀ ਸਾਨੂੰ ਕਿਸੇ ਮਜਰੇ ਮਕਸੂਦ 'ਤੇ ਲਏਗੀ ਕਿ ਸਾਡੇ ਘਰ ਤੋਂ ਗੱਡੀ ਨਹੀਂ ਆਉਣੀ, ਸਾਡੇ ਘਰ 'ਤੇ ਜਹਾਜ਼ ਨਹੀਂ ਆਉਣਾ। ਜੇ ਅਸੀਂ ਘਰ ਹੀ ਕਹੀਏ ਕਿ ਗੱਡੀ ਸਾਡੇ ਘਰ 'ਚ ਆ ਜਾਏ, ਪਿੰਡ 'ਚ ਆ ਜਾਏ, ਕਿੱਦਾਂ ਆ ਜਾਏਗੀ? ਆਪੇ ਲੈ ਜਾਓ ਠੀਕ ਹੈ, ਲੇਕਿਨ ਉਸ ਸਟੇਸ਼ਨ 'ਤੇ ਪਹੁੰਚਣ ਦੀ ਕੋਸ਼ਿਸ਼ ਕਰੀ। ਹਜ਼ੂਰ ਕਈ ਵਾਰ ਸਤਸੰਗ 'ਚ ਫਰਮਾਉਂਦੇ ਹੁੰਦੇ ਸੀ
ਕਿ ਇਹਨਾਂ ਨਵਾਂ ਦੁਆਰਿਆਂ ਨੂੰ ਖਾਲੀ ਕਰਕੇ ਤੂੰ ਉੱਪਰ ਦਸਵੀਂ ਗਲੀ ਚੱਲ। ਇੱਕ ਵਾਰ ਤੂੰ ਇਹਨਾਂ ਨਵਾਂ ਦਰਵਾਜ਼ਿਆਂ ਚੋਂ ਨਿਕਲ, ਅੱਗੇ ਸਤਿਗੁਰ ਦੀ ਡਿਊਟੀ ਹੈ, ਉਹ ਸ਼ਬਦ ਗੱਡੀ ਆ ਰਹੀ ਹੈ, ਤੂੰ ਉੱਥੇ ਪਹੁੰਚ, ਫਿਰ ਤੇਰਾ ਕੋਈ ਕੰਮ ਨਹੀਂ, ਫਿਰ ਸਤਿਗੁਰ ਦੀ ਡਿਊਟੀ ਹੈ। ਲੇਕਿਨ ਅਸੀਂ ਇੱਥੇ ਬੈਠੇ ਹੀ ਕਹਿੰਦੇ ਹਾਂ ਕਿ ਆਪੇ ਲੈ ਜਾਓ, ਆਪੇ ਕਿੱਦਾਂ ਲੈ ਜਾਓ, ਅਸੀਂ ਕੋਸ਼ਿਸ਼ ਕਰੀਏ ਤੁਰੀਏ ਤੁਰੀਏ ਉਸ ਸਟੇਸ਼ਨ 'ਤੇ ਪਹੁੰਚੀਏ, ਔਰ ਤੁਰੀਏ ਵੀ ਕਿਸੇ ਮੁਕੰਮਲ ਸਾਧੂ ਦੀ ਸਲਾਹ ਮਸ਼ਵਰਾ ਲੈ ਕੇ, ਕਿਸੇ ਅਧੂਰੇ ਸਾਧੂ ਦੀ ਨਹੀਂ, ਜਿਸ ਨੇ ਆਪ ਕੀਤਾ ਹੈ ਜਾਂ ਆਪ ਉਸ ਸਟੇਸ਼ਨ 'ਤੇ ਪਹੁੰਚਿਆ ਹੈ, ਅਸੀਂ ਉਹਦਾ ਸਲਾਹ ਮਸ਼ਵਰਾ ਲਈਏ, ਉਹਦੀ ਸ਼ਰਨ ਲਈਏ, ਉਹਦਾ ਦਰਬਾਰ 'ਤੇ ਅਸੀਂ ਪਾ ਜਾਣੇ ਪਖਿਆਰੀ ਬਣੀਏ, ਤਾਂ ਫਿਰ ਹੋ ਸਕਦਾ ਹੈ ਅਸੀਂ ਕਦੀ ਨਾ ਕਦੀ ਜ਼ਰੂਰ ਉਸ ਸਟੇਸ਼ਨ 'ਤੇ ਪਹੁੰਚ ਜਾਵਾਂਗੇ। ਅਗਰ ਅਸੀਂ ਕਿਸੇ ਗਲਤ ਸਾਧੂ ਦੀ ਸਲਾਹ ਮਸ਼ਵਰਾ ਲੈ ਕੇ ਤੁਰਾਂਗੇ ਤਾਂ ਅਸੀਂ ਉਸ ਸਟੇਸ਼ਨ 'ਤੇ ਪਹੁੰਚ ਨਹੀਂ ਸਕਦੇ। ਕਿਉਂ? ਤੁਹਾਨੂੰ ਪਤਾ ਹੀ ਨਹੀਂ, ਉਹਨੇ ਸਾਨੂੰ ਪਤਾ ਨਹੀਂ ਕਿਹੜੀ ਸਲਾਹ ਮਸ਼ਵਰਾ ਦੇ ਦੇਣਾ ਹੈਗਾ। ਜਿਹਨੂੰ ਪਤਾ ਹੀ ਰਾਹ ਰਸਤੇ ਦਾ ਹੀ ਪਤਾ ਨਹੀਂ, ਉਹ ਜੋ ਮਰਜ਼ੀ ਇਹ ਦੱਸ ਸਕਦਾ ਹੈਗਾ। ਅਸੀਂ ਇੱਕ ਵਾਰ ਇੰਗਲੈਂਡ ਗਏ ਅਤੇ ਇੱਕ ਬੰਦਾ, ਉਸਨੇ ਐਸਾ ਚਾਲ ਚਲਣ ਚਲਾਇਆ, ਬਹੁਤ ਸਾਰੇ ਬੰਦਿਆਂ ਨੂੰ ਉਹਨੇ ਖਰਾਬ ਕਰ ਦਿੱਤਾ, ਔਰ ਬੜੇ ਬੜੇ ਸਿਆਣੇ ਬੰਦੇ ਜਿਹੜੇ ਉਹਨਾਂ ਨੂੰ ਵੀ ਉਹਨੇ ਖਰਾਬ ਕਰ ਦਿੱਤਾ। ਉਹ ਮੰਨ ਗਏ, ਸਹੀ ਮੰਨੀ ਜਾ, ਉਹ ਕੀ ਕਵੇ ਜੀ ਮੈਂ ਉੱਡਦਾ, ਕਿਸੇ ਕਿਤਾਬ 'ਚ ਪੜ੍ਹਿਆ, ਪਤਾ ਨਹੀਂ ਕਿਸੇ ਰਿਸ਼ੀ ਮੁਨੀ ਜਾਂ ਕਿਸੇ ਮਹਾਤਮਾ ਨੇ ਕਿਤੇ ਲਿਖਿਆ ਹੋਊਗਾ ਕਿਤਾਬ 'ਚ। ਉੱਡਣਾ ਹੈ, ਜੀਵ ਉੱਡਦਾ ਹੈ, ਉੱਡਦਾ ਹੈ, ਪਰ ਜਦੋਂ ਉੱਡਣ ਜੋਗਾ ਹੋਵੇ ਤਦ ਹੀ ਉੱਡਦਾ ਹੈ। ਪਰਿੰਦਾ ਉੱਡਦਾ ਹੈ ਪਰ ਜਦੋਂ ਇਹਦੇ ਪਰ ਬਣਦੇ ਹੈ ਉਦੋਂ ਉੱਡਦਾ ਹੈ, ਜਿੰਨਾ ਚਿਰ ਉਹਦੇ ਪਰ ਨਹੀਂ ਇੰਨਾ ਚਿਰ ਉੱਡਦਾ ਨਹੀਂ। ਅਸੀਂ ਵੀ ਉੱਡਣਾ ਹੈ, ਸਾਡੇ ਪਰ ਭੱਜ ਗਏ ਹੈ, ਸਾਡੇ ਪਰ ਟੁੱਟ ਗਏ ਹੈ, ਸਾਡੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਅੰਦਰ ਹੋਣ ਸਾਡੇ ਪਰ ਤੋੜ ਦਿੱਤੇ ਹੈ। ਔਰ ਜੇ ਅਸੀਂ ਸੰਤਾਂ ਮਹਾਂਪੁਰਖਾਂ ਦੇ ਆਖੇ ਲੱਗੀਏ, ਮਿਹਨਤ ਕਰੀਏ, ਆਸੇ ਆਸੇ ਸਾਡੇ ਪਰ ਬਣ ਜਾਣਗੇ, ਔਰ ਅਸੀਂ ਵੀ ਉੱਡਾਂਗੇ, ਅਸੀਂ ਵੀ ਉੱਡ ਕੇ ਉਹਨਾਂ ਮਜ਼ਲਾਂ 'ਤੇ ਜਾਵਾਂਗੇ। ਲੇਕਿਨ ਬਗੈਰ ਬੰਦਗੀ ਦੇ ਨਹੀਂ, ਉਹ ਕਿਤਾਬ 'ਚੋਂ ਪੜ੍ਹ ਕੇ ਕਹੀ ਜਾਵੇਗੇ ਮੈਂ ਉੱਡਦਾ। ਅਸੀਂ ਉਹਨਾਂ ਦੇ ਘਰ ਗਏ, ਬੰਦਾ ਆਪਣਾ ਚੰਗਾ ਭਲਾ ਸਿਆਣਾ, ਇੱਥੋਂ ਰਾਜ਼ੀ ਹੋ ਕੇ ਗਿਆ, ਇੱਥੋਂ ਗਿਆ, ਬਿਮਾਰ ਸੀ, ਬਹੁਤ ਬਿਮਾਰ ਸੀ, ਇੱਥੋਂ ਰਾਜ਼ੀ ਹੋ ਕੇ ਗਿਆ, ਲੇਕਿਨ ਭੁੱਲ ਗਿਆ ਉੱਥੇ ਜਾ ਕੇ। ਕਹਿਣ ਲੱਗਾ ਜੀ ਇੱਥੇ ਇੱਕ ਬੰਦਾ ਉਹ ਉੱਡਦਾ ਹੈ। ਮੈਂ ਕਿਹਾ ਯਾਰ ਦਰਸ਼ਨ ਕਰਾ ਉਹਦੇ, ਜੇ ਉੱਡਦਾ ਤਾਂ ਹੋਰ ਕੀ ਚਾਹੀਦਾ ਸਾਨੂੰ, ਐਸੇ ਬੰਦੇ ਦੇ ਦਰਸ਼ਨ ਹੋਣੇ ਚਾਹੀਦੇ ਹੈ। ਮੈਂ ਕਿੱਥੇ ਇਹ ਲੰਗਰ ਵਰਤਾ ਰਿਹਾ, ਮੈਂ ਕਿਹਾ ਉੱਡਣ ਵਾਲਾ ਤਾਂ ਨਹੀਂ ਲੰਗਰ ਵਰਤਾ ਸਕਦਾ, ਜਿਹੜਾ ਉੱਡਦਾ ਉਹ ਤਾਂ ਨਹੀਂ ਲੰਗਰ ਵਰਤਾ ਸਕਦਾ, ਪਰ ਚਲੋ ਫਿਰ ਵੀ ਕੋਈ ਗੱਲ ਨਹੀਂ, ਸੇਵਾ ਕਰਦਾ। ਲਿਆਂਦਾ ਜਿਸ ਵੇਲੇ ਉਸਨੂੰ, ਮੈਂ ਕਿਹਾ ਜੀ ਤੁਸੀਂ ਉੱਡਦੇ ਹੋ? ਕਹਿੰਦਾ ਜੀ ਹਾਂ ਉੱਡਦਾ। ਮੈਂ ਕਿਹਾ ਉੱਡਦੇ ਹੀ ਰਹਿੰਦੇ ਹੋ ਕਿ ਕਿਤੇ ਪੈਂਦੇ ਵੀ ਹੁੰਦੇ ਹੋ? ਮੈਂ ਉੱਡਦੇ ਹੀ ਰਹਿੰਦੇ ਹੋ ਕਿ ਜਾਂ ਕੋਈ ਸਟੇਸ਼ਨ ਵੀ ਹੈ ਕਿਤੇ ਬਹਿਣ ਦਾ ਵੀ, ਕੋਈ ਟਿਕਾਣਾ ਵੀ ਹੈ ਕਿ ਜਾਂ ਉੱਡਦੇ ਹੀ ਰਹਿੰਦੇ ਹੋ? ਅਤੇ ਫਿਰ ਦੱਸਿਆ ਕੀ ਉਹ, ਅਤੇ ਨਾ ਉਹਨੂੰ ਕਿਸੇ ਪੁੱਛਿਆ, ਉਹਨੇ ਤਾਂ ਜੇ ਕਿਹਾ ਕਿ ਇਹਨੂੰ ਉੱਡਦੇ ਹਾਂ ਅਤੇ ਅਗਲੇ ਵੀ ਕਿਹਾ ਜੀ ਠੀਕ ਉੱਡਦਾ। ਹੁਣ ਆਸੇ ਪਾਸੇ ਦੇਖਣ ਲੱਗ ਪਿਆ, ਮੈਂ ਕਿਹਾ ਜੀ ਆਖਿਰ ਕੋਈ ਵੀ ਚੀਜ਼ ਹੈ, ਪਰਿੰਦਾ ਉੱਡਦਾ, ਉਹ ਵੀ ਕਿਸੇ ਦਰਖਤ 'ਤੇ ਬੈਠਦਾ, ਕਿਸੇ ਮਕਾਨ 'ਤੇ ਬੈਠਦਾ, ਜਹਾਜ਼ ਉੱਡਦਾ, ਉਹਦੇ ਵੀ ਸਟੇਸ਼ਨ ਬਣੇ ਹੈ, ਕਿਤੇ ਤੇਲ ਪਵਾਉਂਦਾ, ਕਿਤੇ ਸਵਾਰੀਆਂ ਲੁਹਾਉਂਦਾ, ਕਿਤੇ ਚਾੜ੍ਹਦਾ। ਤੁਸੀਂ ਦੱਸੋ ਕਿ ਤੁਸੀਂ ਉੱਡਦੇ ਹੋ ਕਿ ਉੱਡਦੇ ਹੀ ਰਹਿੰਦੇ ਹੋ ਕਿ ਜਾਂ ਕਿਤੇ ਪੈਂਦੇ ਵੀ ਆਓ, ਕੋਟੇਸ਼ਨ ਵੀ ਹੈ? ਤਾਂ ਫਿਰ ਚਿਰੇ ਜੀ ਕਹਿੰਦਾ ਜੀ ਉੱਡਣ ਨੂੰ ਦਿਲ ਕਰਦਾ, ਉੱਡਣ ਨੂੰ ਦਿਲ ਕਰਦਾ,
ਬਈ ਚਲੋ ਇਹ ਵੀ ਚੰਗੀ ਗੱਲ ਹੈ, ਜੋ ਉਹਨਾਂ ਨੂੰ ਦਿਲ ਕਰਦਾ ਪਿਆਰ ਹੈਗਾ ਤਾਂ ਉਹ ਵੀ ਚੰਗੀ ਗੱਲ ਹੈ। ਅਤੇ ਫਿਰ ਕਹਿੰਦਾ ਜੀ ਮੈਂ ਕਿਤਾਬ ਲਿਆਉਂਦਾ ਉਹਦੇ 'ਚ ਲਿਖਿਆ ਹੈਗਾ। ਦੱਸੋ ਕਿੱਥੇ ਕਿਤਾਬ, ਕਿੱਥੇ ਉੱਡਣਾ ਹੈ ਜੀ? ਉਹ ਖਬਰ ਹੈ ਜਿਹੜਾ ਜਿਹਨੇ ਕਿਤਾਬ 'ਤੇ ਲਿਖਿਆ ਉੱਡਿਆ ਜਾਂ ਨਾ ਉੱਡਿਆ ਸਾਨੂੰ ਕੀ ਪਤਾ ਹੈਗਾ? ਸਾਨੂੰ ਕੀ ਪਤਾ ਉੱਡਿਆ ਜਾਂ ਨਹੀਂ ਉੱਡਿਆ ਹੈ ਜੀ? ਜੇ ਉੱਡਿਆ ਵੀ ਹੋਊ ਤਾਂ ਉਹ ਉੱਡਿਆ ਹੋਏਗਾ, ਅਸੀਂ ਵੀ ਉੱਦਾਂ ਦੀ ਮਿਹਨਤ ਕਰੀਏ ਅਸੀਂ ਵੀ ਉੱਡੀਏ, ਸਾਡੇ ਵੀ ਪਰ ਬਣ ਜਾਣ, ਅਸੀਂ ਵੀ ਉੱਡਾਂਗੇ। ਮਗਰ ਉਹ ਕੀ ਨਿਕਲਿਆ? ਇਹ ਪੁੱਟਿਆ ਪਹਾੜ ਨਿਕਲਿਆ ਚੂਹਾ ਹੈ ਜੀ। ਹੈਗਾ ਭਲਿਆ ਲੋਕਾਂ, ਤੂੰ ਕਿਉਂ ਐਵੇਂ ਲੋਕਾਂ ਨੂੰ ਖਰਾਬ ਕਰੀ ਜਾਂਦਾ ਹੈਗਾ? ਤੂੰ ਉੱਡਦਾ ਉੱਡਦਾ ਤਾਂ ਤੂੰ ਹੈ ਨਹੀਂ, ਅਤੇ ਤੂੰ ਲੋਕਾਂ ਨੂੰ ਦੱਸੀ ਜਾਂਦਾ ਮੈਂ ਉੱਡਦਾ ਹੈਗਾ। ਜੇ ਉੱਡਦਾ ਵੀ ਤਾਂ ਤੂੰ ਦੱਸ ਬਹਿਣਾ ਕਿੱਥੇ? ਇੱਕ ਵਾਰ ਇੱਕ ਸਾਧੂ ਸਾਡੇ ਪਾਸ ਆਇਆ ਅਤੇ ਮੈਂ ਉਸ ਨੂੰ ਪੁੱਛਿਆ ਅਤੇ ਮਹਾਤਮਾ ਜੀ ਸੁਣਾਓ ਕਿੱਦਾਂ ਰੋਟੀ ਵਾਹਵਾ ਖਾਵੇ ਉਹ, ਅਤੇ ਕਹਿੰਦਾ ਕੋਈ ਕੋਈ ਗੱਲ ਹੀ ਨਹੀਂ ਆ ਗਈ, ਉੱਪਰ ਤੇ ਕਦੀ ਥੱਲੇ। ਇਹ ਤਾਂ ਬੜਾ ਸੁਖਾਲਾ ਕੰਮ ਹੈ, ਮੈਂਟਾਂ ਜੀ ਉੱਪਰ ਮੈਂਟਾਂ ਜੀ ਥੱਲੇ। ਰਾਤ ਨੂੰ ਅਸੀਂ ਬਾਣੀ ਪੜ੍ਹੀ ਅਤੇ ਉੱਥੇ ਅੰਮ੍ਰਿਤ ਦਾ ਜ਼ਿਕਰ ਆਇਆ ਅਤੇ ਕਹਿੰਦਾ ਜੀ ਉਹ ਅੰਮ੍ਰਿਤ ਮੈਨੂੰ ਵੀ ਕਿਤੇ ਦੱਸੋ। ਹਾਂ ਮੈਂ ਕਿਹਾ ਜਦੋਂ ਤੂੰ ਉੱਪਰ ਜਾਂਦਾ ਉੱਥੇ ਖੇਹ ਖਾਨਾ ਹੁੰਦਾ ਜਾ ਕੇ, ਜਦੋਂ ਉੱਪਰ ਜਾਂਦਾ ਉੱਥੇ ਸਵਾਹ ਹੁੰਦੀ ਤੇਰੇ ਪਾਸ ਰੱਖੀ, ਮੈਂ ਕਿਹਾ ਉੱਥੇ ਅੰਮ੍ਰਿਤ ਨਹੀਂ ਹੈਗਾ। ਉਹਦੀ ਮੁੱਛ ਬਾਵਾ ਦਾੜੀ ਹੈ ਨਹੀਂ ਅਤੇ ਮੁੱਛ ਇੱਥੇ ਇੱਥੇ ਸੀ, ਮੈਂ ਮਸਾਨਾ ਇੱਥੇ ਹੈਗਾ। ਮੈਂ ਮਸਾਨੇ ਨੂੰ ਕਿਹਾ ਸਵੇਰੇ ਕੈਂਚੀ ਲਿਆਈ ਯਾਰ, ਇਹਦੀ ਮੁੱਛਾਂ 'ਤੇ ਕੱਟੀਏ ਪਹਿਲਾਂ ਇੱਕੋ ਜਿਹਾ ਹੋਵੇ। ਉਹ ਸਾਡੇ ਸੁੱਤੇ ਦੇ ਨਿਕਲ ਗਿਆ ਜੀ। ਇੱਦਾਂ ਦੇ ਸਾਧੂ ਪਖੰਡੀ, ਕਹਿੰਦਾ ਪਖੰਡੀਆਂ ਸਾਧੂਆਂ ਦਾ ਵੀ ਯਕੀਨ ਨਹੀਂ ਕਰਨਾ। ਪਹਿਲਾਂ ਦੇਖੋ ਕਿਸੇ ਸ਼ਬਦ ਦੀ ਕਮਾਈ ਕੀਤੀ ਹੈ, ਕਿਸੇ ਅੱਡੇ ਨੂੰ ਦੇਖੋ, ਕਿਸੇ ਮਹਾਤਮਾ ਦੀ ਜਗ੍ਹਾ ਨੂੰ ਦੇਖੋ ਜਿਸ ਨੇ ਦਿਨ ਰਾਤ ਸ਼ਬਦ ਦੀ ਕਮਾਈ ਕੀਤੀ ਹੈ। ਤੁਸੀਂ ਉਹਦੇ 'ਤੇ ਵਿਸ਼ਵਾਸ ਰੱਖੋ, ਉਹਦੀਆਂ ਇੱਟਾਂ 'ਤੇ ਵੀ ਵਿਸ਼ਵਾਸ ਰੱਖੋਗੇ, ਜਿੱਥੇ ਉਹਨਾਂ ਦੇ ਕਦਮ ਟਿੱਕੇ ਉੱਥੇ ਵੀ ਵਿਸ਼ਵਾਸ ਰੱਖੋਗੇ। ਮੈਂ ਕਹਿੰਦਾ ਸਾਡੀ ਕਲਿਆਣ ਫਿਰ ਵੀ ਹੋ ਜਾਏਗੀ, ਸਾਡੀ ਫਿਰ ਵੀ ਕਲਿਆਣ ਹੋ ਜਾਏਗੀ। ਪਰ ਜਿਹਨੇ ਕੀਤਾ ਹੀ ਕੱਖ ਨਹੀਂ ਹੈਗਾ ਉੱਥੇ ਸਾਡੀ, ਅਸੀਂ ਉੱਥੇ ਵਿਸ਼ਵਾਸ ਵੀ ਰੱਖਾਂਗੇ, ਸਾਡੀ ਕਲਿਆਣ ਕਿੱਦਾਂ ਹੋਏਗੀ? ਹੈ ਜੀ, ਸਾਡੇ ਨਾਲ ਬੜੇ ਸਾਧੂਆਂ ਦਾ ਟਕਰਾਅ ਹੁੰਦਾ ਰਿਹਾ। ਇੱਕ ਭਾਈ ਇੱਕ ਸਾਧੂ ਗਿਆ, ਸ਼ਰਾਧਾਂ ਦੇ ਦਿਨ ਸਨ ਅਤੇ ਬਾਬਾ ਉੱਥੇ ਸਾਡੇ ਡੇਰੇ 'ਚ ਰੋਟੀ ਰਾਟੀ ਆਈਆਂ, ਅਸੀਂ ਮਹਾਤਮਾ ਨੂੰ ਰੋਟੀ ਲੱਗੇ ਖਾਣ, ਜਿਉਂ ਖਾਣ ਲੱਗਾ ਜਿਉਂ ਖਾਣ ਲੱਗਾ। ਸਤਸੰਗ ਦਾ ਵੀ ਟਾਈਮ ਸੀ, ਐਤਵਾਰ ਦਾ ਦਿਨ ਸੀ। ਮੈਂ ਮਸਾਨੇ ਮੈਂ ਕਿਹਾ ਯਾਰ ਦੇਖੇ ਨੇ ਖਾਧੀ ਵੀ ਹੈ ਕਿ ਨਹੀਂ, ਹੁਣ ਟਾਈਮ ਹੋ ਚੱਲਿਆ ਖਾਈਏ, ਅਤੇ ਉਹ ਚੂਟੀ ਚਾਟੀ ਕੀਤੀ ਅਤੇ ਮੈਂ ਕਿਹਾ ਹੁਣ ਤਾਂ ਇਹਨੇ ਚੂਟੀ ਕਰ ਲਈ ਹੈ ਅਤੇ ਹੁਣ ਸਤਸੰਗ ਦਾ ਪ੍ਰੋਗਰਾਮ ਹੈ, ਤੁਸੀਂ ਵਿਸ਼ਾਇਸ਼ੀ ਕਰੋ। ਇਹ ਅੰਦਰ ਗਿਆ ਅਤੇ ਉਹ ਮੁੜੀਏ ਖਾਣ ਡੈ ਪਿਆ, ਚੂਟੀ ਚਾਟੀ ਕਰਕੇ ਮੁੜ ਕੇ ਖਾਣ ਡੈ ਪਿਆ, ਖਾਣ ਡੈ ਪਿਆ ਅਤੇ ਬੜਾ ਸ਼ਵੈਦ ਪੋਸ਼। ਚਲੋ ਸਤਸੰਗ ਲੱਗਾ ਅਤੇ ਮੰਜੇ 'ਤੇ ਲੇਟ ਗਿਆ ਜੀ, ਮੰਜੇ 'ਤੇ ਲੇਟ ਗਿਆ। ਮੈਂ ਮਹਾਤਮਾ ਜੀ ਆ ਜਾਓ ਬਾਣੀ ਪੜ੍ਹਨੀ ਹੈ, ਤੁਸੀਂ ਮੰਜੇ 'ਤੇ ਲੇਟੇ ਹੋ, ਆਓ ਬੈਠੋ ਆ ਕੇ। ਇਹਨੇ ਜੀ ਇਹ ਭੋਜਨ ਜ਼ਿਆਦਾ ਖਾਧਾ ਗਿਆ ਅਤੇ ਹੁਣ ਉੱਠਿਆ ਨਹੀਂ ਜਾਂਦਾ। ਅਤੇ ਮੈਂ ਕਿਹਾ ਵੀ ਤੁਸੀਂ ਬਾਹਰ ਵਿਦੇਸ਼ ਇਹੋ ਹੀ ਕਰਨਾ, ਬਾਅਦ ਤੁਸੀਂ ਲੋਕਾਂ 'ਚ ਵਿਦੇਸ਼ ਕਰ ਰਹੇ ਹੋ, ਸਾਧੂ ਮਤ ਦੱਸ ਰਹੇ ਹੋ, ਜਗ੍ਹਾ ਜਗ੍ਹਾ ਤੁਸੀਂ ਸਤਸੰਗ ਜਾਂ ਲੋਕਾਂ ਨੂੰ ਸਮਝਾਉਂਦੇ ਹੋ, ਤੁਸੀਂ ਲੋਕਾਂ ਨੂੰ ਕੀ ਸਮਝਾਉਂਦੇ ਹੋ? ਉਹ ਸ਼ਰਮੋ ਕਸ਼ਰਮੀ ਉੱਠਿਆ ਜੀ, ਉੱਠੀਏ ਤਾਂ ਫਿਰ ਬੈਠਾ ਤਾਂ ਜ਼ਰੂਰ ਹੋ, ਪਰ ਮੂੰਹ ਅੱਗੇ ਉਹਨੇ ਕੱਪੜਾ ਦੇ ਲਿਆ। ਇਹ ਕੀ ਬਣਿਆ ਇਹ ਕੱਪੜਾ? ਕਿਉਂ ਮਹਾਤਮਾ ਜੀ ਤੁਸੀਂ ਮੂੰਹ ਅੱਗੇ ਦਿੰਦੇ ਹੋ? ਕਹਿੰਦੇ ਇਹਨਾਂ ਲੋਕਾਂ ਕੋਲੋਂ ਬੋ ਆਉਂਦੀ ਹੈ,
ਮੈਂ ਕਿਹਾ ਜਿਹੜਾ 1.5 ਕਿਲੋ 2 ਕਿਲੋ ਅੰਦਰ ਪਾਇਆ ਉਹਦੇ 'ਚੋਂ ਨਹੀਂ ਆਈ, ਉਹਦੇ 'ਚ ਬੋ ਨਹੀਂ ਤੈਨੂੰ ਆਈ। ਮੈਂ ਕਿਹਾ ਇਹ ਲੋਕਾਂ ਤੋਂ ਬੋ ਆਈ ਹੈ ਅਤੇ ਜਿਹੜੇ 2 ਕਿਲੋ ਅੰਦਰ ਸੁੱਟਿਆ ਉਹਦੇ 'ਚ ਬੋ ਨਹੀਂ ਤੈਨੂੰ ਆਈ। ਇੱਦਾਂ ਦੇ ਪਖੰਡ ਸਾਧੂ ਜਿਹੜੇ ਹੈ ਇਹਦੇ 'ਤੇ ਪਖੰਡ ਕਰਦੇ ਹੈ। ਹੁਣ ਜੇ ਕਿਸੇ ਮਕੰਬਰ ਸਾਧੂ ਦੀ ਸੰਗਤ ਨਾ ਕੀਤੀ ਹੋਵੇ ਤਾਂ ਬੰਦਾ ਤਾਂ ਮਵਹਿਮ ਹੋਇਆ ਹੈਗਾ, ਬੰਦਾ ਤਾਂ ਤਬਾਹ ਕਰ ਜਾਂਦਾ ਹੈਗਾ, ਇਹ ਤਾਂ ਗੇਰ ਹੀ ਲੈਂਦੇ ਆ ਬੰਦੇ ਹੈ ਜੀ। ਭਾਈ ਜਦ ਕਦ ਵੀ ਤੁਸੀਂ ਕੋਈ ਆਪਣਾ ਧਿਆਨ ਜਿਹੜਾ ਆਪਣਾ ਖਿਆਲ ਕੋਈ ਵੀ ਕੰਮ ਤੁਸੀਂ ਕਿਸੇ ਮਕੰਬਰ ਸਾਧੂ ਦੀ ਸੰਗਤ ਲਾਓ, ਕਿਸੇ ਅੱਡੇ ਨੂੰ ਦੇਖੋ ਜਿਸੇ ਨੇ ਦਿਨ ਰਾਤ ਕਮਾਈ ਕੀਤੀ ਹੈ, ਤੁਸੀਂ ਉਹਨਾਂ ਦੇ ਸਲਾਹ ਮਸ਼ਵਰੇ 'ਤੇ ਚਲੋ ਜੇ ਤੁਸੀਂ ਫਾਇਦਾ ਲੈਣਾ ਹੈ। ਅਗਰ ਤੁਸੀਂ ਕਿਸੇ ਪਖੰਡੀ ਸਾਧੂ ਦੀ ਸੰਗਤ ਕਰੋਗੇ ਫਿਰ ਤੁਸੀਂ ਫਾਇਦਾ ਨਹੀਂ ਲੈ ਸਕਦੇ, ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ, ਤੁਹਾਡਾ ਕੀਤਾ ਕਰਾਇਆ ਕਿਸੇ ਅਰਥ ਨਹੀਂ ਆਏਗਾ। ਬਾਣੀ ਵਿੱਚ ਸਭ ਕੁਝ ਗੁਰੂ ਸਾਹਿਬ ਜੀ ਫਰਮਾ ਰਹੇ ਹੈਗੇ, ਬਾਣੀ ਵਿੱਚ ਕੋਈ ਸ਼ੱਕ ਨਹੀਂ ਰੱਖਿਆ ਸੰਤਾਂ ਨੇ, ਉਹਨਾਂ ਇੱਕ ਇੱਕ ਤੁੱਕ ਪਿੱਛੇ ਸਾਨੂੰ ਸਮਝਾ ਰਹੇ ਹੈਗੇ। ਹਾਂਜੀ, ਜਿਨ ਕੋ ਸਾਧੂ ਸੋ ਦਰਗਾਹ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਐ ਪ੍ਰਭੂ ਐ ਮਾਲਕ ਤੇਰੇ ਬਿਨਾ ਕੋਈ ਦੂਜਾ ਨਹੀਂ, ਤੂੰ ਮੇਰੇ ਤੇ ਕਿਰਪਾ ਕਰ, ਤੂੰ ਮੇਰੇ ਤੇ ਦਇਆ ਕਰ, ਮੈਨੂੰ ਤੇਰੇ ਬਿਨਾ ਹੋਰ ਕੋਈ ਨਜ਼ਰ ਨਹੀਂ ਆਉਂਦਾ, ਮੈਂ ਕਿਹਦੇ ਅੱਗੇ ਫਰਿਆਦ ਕਰ। ਦੇਖੋ ਮਹਾਂਪੁਰਖਾਂ ਦਾ ਕਿਤਨਾ ਉੱਚਾ ਖਿਆਲ ਹੈ, ਹੈ ਮਾਲਕ ਹੋਰ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ, ਤੂੰ ਮੇਰੇ ਤੇ ਦਇਆ ਕਰ, ਮੇਰੀ ਅਰਦਾਸ ਹੈ ਤੇਰੇ ਅੱਗੇ। ਹਾਂਜੀ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਇਹ ਸ਼ਬਦ ਸਮਾਪਤ ਕਰਦੇ ਹੋਏ ਫਰਮਾ ਰਹੇ ਹੈ ਕਿ ਇਹ ਮਨੁੱਖਾ ਜਨਮ ਉਸ ਨੂੰ ਸੋਹਣਾ ਲੱਗੇਗਾ, ਉਸ ਨੂੰ ਫਾਇਦੇਮੰਦ ਹੈ ਕਿ ਜਿਹਦਾ ਸਤਿਗੁਰ ਦੇ ਚਰਨਾਂ ਦੇ ਵਿੱਚ ਨਿਵਾਸ, ਜਿਹਦਾ ਸਤਿਗੁਰ ਦੇ ਚਰਨਾਂ ਨਾਲ ਪਿਆਰ ਹੈ, ਇਹ ਮਨੁੱਖਾ ਜਨਮ ਉਸ ਨੂੰ ਫਾਇਦੇਮੰਦ ਹੈ। ਆਏ ਨਹੀਂ ਤਾਂ ਮਨੁੱਖਾ ਜਨਮ ਜੈਸੇ ਪਸ਼ੂ ਆਏ ਪਰਿੰਦੇ ਆਏ ਉਹ ਭੁਗਤਾਨ ਭੁਗਤਾ ਕੇ ਚਲੇ ਗਏ, ਐਸੇ ਅਸੀਂ ਵੀ ਚਲੇ ਗਏ। ਪਸ਼ੂਆਂ ਦੀ ਹਾਲਤ ਦੇਖੋ, ਉਹ ਵੀ ਧੀਆਂ ਪੁੱਤਰ ਪੈਦਾ ਕਰਕੇ ਚਲੇ ਗਏ, ਕੀੜੇ ਮਕੌੜੇ ਵੀ ਚਲੇ ਗਏ, ਪਰਿੰਦੇ ਵੀ ਚਲੇ ਗਏ, ਸਾਡੀ ਹਾਲਤ ਵੀ ਉੱਦਾਂ ਹੋ ਗਈ। ਅਸੀਂ ਉਸ ਮਾਲਕ ਨਾਲ ਪਿਆਰ ਨਹੀਂ ਕੀਤਾ, ਉਸ ਮਾਲਕ ਦੀ ਦਇਆ ਨਹੀਂ ਮੰਗੀ, ਉਹਨਾਂ ਦੇ ਨਾਲ ਅਸੀਂ ਕੋਈ ਪਿਆਰ ਨਹੀਂ ਕੀਤਾ, ਕੋਈ ਉਹਨਾਂ ਪਾਸੋਂ ਅਸੀਂ ਦਇਆ ਨਹੀਂ ਮੰਗੀ, ਅਸੀਂ ਇੱਦਾਂ ਹੀ ਜਿਸ ਤਰ੍ਹਾਂ ਪਸ਼ੂ ਆਏ ਉੱਦਾਂ ਹੀ ਚਲੇ ਗਏ। ਲੇਕਿਨ ਪਸ਼ੂਆਂ ਦਾ ਦਰਜਾ ਵੀ ਗੁਰੂ ਸਾਹਿਬ ਜੀ
ਬੜਾ ਉੱਚਾ ਰੱਖ ਰਹੇ। ਬਾਣੀ ਵਿੱਚ ਪਸ਼ੂਆਂ ਦਾ ਦਰਜਾ ਵੀ ਉੱਚਾ ਰੱਖਿਆ, ਪਸ਼ੂ ਮਰੇ ਦਸ ਕਾਜ ਸਵਾਰੇ, ਨਰ ਮਰੇ ਕਿਸੇ ਕਾਜ ਨਾ ਹਾਵੇ। ਪਸ਼ੂ ਜਿਉਂਦਿਆਂ ਸਾਨੂੰ ਆਪਣੀ ਕਮਾਈ ਖਵਾਉਂਦੇ ਆ, ਪਸ਼ੂਆਂ ਨੂੰ ਅਸੀਂ ਹਲ ਵਾਹ ਰਹੇ ਹਾਂ, ਖੇਤੀਬਾੜੀ ਬੀਜਦੇ ਹਾਂ, ਪਸ਼ੂਆਂ ਨੂੰ ਅਸੀਂ ਟਾਂਗੇ ਵਾਹ ਰਹੇ ਹਾਂ, ਘੋੜਿਆਂ ਖੋਤਿਆਂ ਕੋਲੋਂ ਅਸੀਂ ਕੰਮ ਲੈ ਰਹੇ ਹਾਂ, ਉਹ ਸਾਨੂੰ ਕਮਾ ਕੇ ਖਵਾ ਰਹੇ ਹੈ, ਹੈਂਜੀ। ਲੇਕਿਨ ਅਸੀਂ ਕਿਸੇ ਕੰਮ 'ਚ ਨਹੀਂ ਆਉਂਦੇ, ਜਦੋਂ ਮੰਗਦੇ ਹੈ ਔਰ ਬਾਅਦ ਵਿੱਚ ਵੀ ਉਹਨਾਂ ਦੇ ਹੱਡ ਔਰ ਚਮੜਾ ਫਿਰ ਵੀ ਸਾਡੇ ਵਰਤਨ ਵਿੱਚ ਆਉਂਦਾ ਹੈ, ਜਿੰਦਾ ਵੀ ਸਾਡੇ ਕੰਮ ਕਰਦੇ ਹੈ ਔਰ ਮੋਇਆ ਵੀ ਸਾਡਾ ਕੰਮ ਕਰਦੇ, ਮੋਇਆ ਵੀ ਅਸੀਂ ਉਹਨਾਂ ਵਰਤਾਓ 'ਚ ਲਿਆਉਂਦੇ ਹਾਂ। ਲੇਕਿਨ ਇਨਸਾਨ ਜਿਹੜਾ ਇਹ ਕੀ ਕਰਦਾ ਹੈ, ਜਦੋਂ ਇਹ ਮਰਦਾ ਹੈ, ਜੇ ਹਿੰਦੂ ਹੈ ਤਾਂ ਇਸ ਨੂੰ ਅਗਨ 'ਚ ਜਲਾ ਦਿੰਦਾ ਹੈ ਔਰ ਜੇ ਮੁਸਲਮਾਨ ਹੈ ਤਾਂ ਜ਼ਮੀਨ ਵਿੱਚ ਦਫਨ ਕਰ ਦਿੰਦੇ ਹੈ। ਕੀ ਕੰਮ ਆਉਂਦਾ ਇਸ ਦਾ? ਇਹ ਇੱਕੋ ਹੀ ਕੰਮ ਹੈ ਕਿ ਕਿਸੇ ਮਹਾਂਪੁਰਖਾਂ ਦੀ ਸ਼ਰਨ ਲੈ ਲਏ ਔਰ ਨਾਮ ਜਪ ਲਏ, ਨਾਮ ਜਪ ਲਏ, ਆਪਣੇ ਦੇਸ਼ ਚਲਾ ਜਾਏ। ਇੱਕੋ ਹੀ ਕੰਮ ਵਾਧਾ ਇਹਦਾ ਹੈ, ਬਾਕੀ ਕੁਛ ਨਹੀਂ। ਔਰ ਪਸ਼ੂ ਸਾਡੇ ਨਾਲੋਂ ਚੰਗੇ ਜਿਹੜੇ ਸਾਡੇ ਜਿਉਂਦਿਆਂ ਵੀ ਕੰਮ ਕਰਦੇ ਹੈ ਔਰ ਮਰਿਆਂ ਵੀ ਕਰਦੇ ਹੈ। ਫਰੀਦ ਸਾਹਿਬ ਤੇ ਹਰ ਇੱਕ ਚੀਜ਼ ਦਾ ਅਦਬ ਕੀਤਾ ਹੈ। ਫਰੀਦ ਸਾਹਿਬ ਨੇ ਬਾਣੀ 'ਚ ਫਰਮਾਇਆ, ਫਰੀਦਾ ਖਾਖ ਨੂੰ ਨਾ ਨਿੰਦੀਏ, ਖਾਖ ਜੇਵੜ ਨਾ ਕੋਏ, ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਫਰੀਦ ਸਾਹਿਬ ਜੀ ਕਹਿੰਦੇ ਆ, ਫਰੀਦ ਤੂੰ ਇਹਨੂੰ ਮਿੱਟੀ ਨੂੰ ਵੀ ਨਿੰਦ ਨਾ, ਇਹ ਵੀ ਇਹਦਾ ਵੀ ਦਰਜਾ ਬੜਾ ਉੱਚਾ ਹੈਗਾ, ਜਿਉਂਦੇ ਸਾਡੇ ਪੈਰਾਂ ਦੇ ਥੱਲੇ ਹੈ, ਅਸੀਂ ਇਹਦੇ 'ਤੇ ਤੁਰਦੇ ਹਾਂ ਔਰ ਕਈ ਕੰਮ ਕਰਦੇ ਹਾਂ, ਜਦ ਅਸੀਂ ਮਰ ਜਾਂਦੇ ਹਾਂ ਇਹ ਸਾਡੇ ਉੱਪਰ ਹੁੰਦੀ। ਹਰ ਇੱਕ ਚੀਜ਼ ਨੂੰ ਅਸੀਂ, ਪਸ਼ੂ ਪਰਿੰਦੇ ਕਿਸੇ ਵੀ ਚੀਜ਼ ਨੂੰ ਅਸੀਂ ਮਿੱਟੀ ਨਾਲ ਹੀ ਦਫਨ ਕਰਦੇ ਹਾਂ, ਉਹਦੇ ਉੱਤੇ ਮਿੱਟੀ ਪਾ ਕੇ ਉਹਦੀ ਬਦਬੋ ਨੂੰ, ਉਹਦੇ ਗੰਦਮੰਦ ਨੂੰ ਅਸੀਂ ਉਹਦੇ ਨਾਲ ਹੀ ਦੱਬਦੇ ਹਾਂ, ਫਿਰ ਵੀ ਸਾਨੂੰ ਮਿੱਟੀ ਕੰਮ ਦਿੰਦੀ ਹੈ। ਮਹਾਂਪੁਰਖਾਂ ਨੇ ਹਰ ਚੀਜ਼ ਦਾ ਅਦਬ ਕੀਤਾ ਹੈਗਾ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਐ ਮਾਲਕ ਤੇਰੇ ਬਿਨਾ ਹੋਰ ਕੋਈ ਨਹੀਂ, ਮੈਂ ਕਿਹਦੇ ਅੱਗੇ ਫਰਿਆਦ ਕਰਾਂ, ਤੂੰ ਮੇਰੇ ਤੇ ਦਿਆ ਕਰ, ਕਿਰਪਾ ਕਰ। ਹਾਂਜੀ, ਆਸਾਰ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ, ਸਾਉਣ ਦਾ ਮਹੀਨਾ ਮੰਗਲਵਾਰ ਦਿਨ ਅਸੀਂ ਸੰਤਾਂ ਮਹਾਂਪੁਰਖਾਂ ਦੀ ਬਾਣੀ ਦੁਆਰੇ ਜਿਹੜੇ ਮਹੀਨੇ ਸੁਣਦੇ ਹਾਂ, ਮਹੀਨਾ ਤੋਂ ਪਿੱਛੇ ਦੱਸਿਆ ਹੈ ਕਿ ਹਰ ਇੱਕ ਮਨੁੱਖਾ ਜਨਮ 'ਤੇ ਘਟਦਾ ਹੈ, ਲੇਕਿਨ ਨੰਬਰ ਵਾਰ ਸੰਤਾਂ ਮਹਾਂਪੁਰਖਾਂ ਨੇ ਜਿਹੋ ਜਿਹਾ ਮੌਸਮ ਆਇਆ ਇਹੋ ਜਿਹਾ ਉਹਨਾਂ ਨੇ ਬਾਣੀ ਵਿੱਚ ਦੱਸ ਦਿੱਤਾ। ਜੇ ਗਰਮੀ ਦਾ ਮੌਸਮ ਆਇਆ ਗਰਮੀ ਦਾ ਦੱਸਤਾ, ਜੇ ਸਰਦੀ ਦਾ ਆਇਆ ਸਰਦੀ ਦਾ ਦੱਸ ਦਿੱਤਾ, ਲੇਕਿਨ ਘਟਦਾ ਮਨੁੱਖਾ ਜਨਮ 'ਤੇ। ਅਸੀਂ ਕਿਸ ਵਾਸਤੇ ਬਾਣੀ ਦੁਆਰੇ ਮਹੀਨਾ ਸੁਣਦੇ ਹਾਂ ਕਿ ਸਾਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ। ਅਸੀਂ ਗ੍ਰਿਸ਼ ਆਸ਼ਰਮ ਦੇ ਵਿੱਚ ਬੈਠੇ ਹਾਂ, ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੈ, ਫਸਲਾਂ ਦੀ ਜ਼ਰੂਰਤ ਹੈ, ਪਸ਼ੂਆਂ ਦੀ ਜ਼ਰੂਰਤ ਹੈ, ਪਰਿਵਾਰ ਦੀ ਜ਼ਰੂਰਤ ਹੈ, ਹਰ ਕਿਸਮ ਦੇ ਨਾਲ ਸਾਨੂੰ ਹਰ ਚੀਜ਼ ਦੀ ਜ਼ਰੂਰਤ ਹੈ। ਅਸੀਂ ਇਹ ਫਰਿਆਦ ਕਰਨੀ ਹੈ ਕਿ ਐ ਮਾਲਕ, ਇਹ ਜੋ ਮੌਸਮ ਸਾਡੇ 'ਤੇ ਆਇਆ ਤੂੰ ਸਾਡੇ 'ਤੇ ਦਇਆ ਕਰੀ,
ਸਾਡੇ ਤੇ ਮਿਹਰ ਕਰੇ, ਸਾਡਾ ਸੁਖ ਸ਼ਾਂਤੀ ਦਾ ਵਕਤ ਜਿਹੜਾ ਲੰਘ ਜਾਏ, ਸੁਖਾਂ ਦਾ ਵਕਤ ਲੰਘ ਜਾਏ, ਖੁਸ਼ੀ ਦਾ ਵਕਤ ਲੰਘ ਜਾਏ, ਇਹ ਸਾਡੇ ਤੇ ਕਿਰਪਾ ਕਰੇ। ਪਿਛਲੇ ਸਿਆਣੇ ਲੋਕ ਬਜ਼ੁਰਗ ਜਿਹੜੇ ਹੁੰਦੇ ਸਨ, ਜਦ ਸੁਬਾ ਉੱਠਦੇ ਸਨ ਕਿ ਉਹ ਫਰਿਆਦ ਕਰਦੇ ਸੀ ਮਾਲਕ ਦੇ ਅੱਗੇ ਕਿ ਹੈ ਮਾਲਕ ਕਿਸੇ ਨੇਕ ਦੇ ਮੱਥੇ ਲਾਈ। ਸੁਬਾ ਉੱਠਦੇ ਉੱਠਦੇ ਇਹ ਫਰਿਆਦ ਕਰਦੇ ਹੁੰਦੇ ਸੀ, ਹੈ ਮਾਲਕ ਸਾਨੂੰ ਕਿਸੇ ਨੇਕ ਦੇ ਮੱਥੇ ਲਾਈ ਤਾਂ ਕਿ ਸਾਡਾ ਦਿਨ ਜਿਹੜਾ ਸੌਖਾ ਲੰਘ ਜਾਏ। ਕਈ ਵਾਰ ਤੁਸੀਂ ਇਹ ਦੇਖਿਆ ਹੋਏਗਾ, ਕਈਆਂ ਬੰਦਿਆਂ ਨੂੰ ਕਿਸੇ ਦਿਨ ਕੋਈ ਮੁਸ਼ਕਿਲ ਆ ਜਾਂਦੀ ਹੈ ਕਿ ਉਹ ਫਿਰ ਸੋਚਦਾ ਕਿ ਅੱਜ ਮੈਂ ਪਤਾ ਨਹੀਂ ਕਿਹਦਾ ਮੂੰਹ ਦੇਖਿਆ। ਕਿਸੇ ਚੰਗੇ ਬੰਦੇ ਦੇ ਦਰਸ਼ਨ ਨਹੀਂ ਹੋਏ, ਅੱਜ ਮੇਰਾ ਦਿਨ ਜਿਹੜਾ ਸੌਖਾ ਨਹੀਂ ਲੰਘਿਆ। ਹਰ ਬੰਦੇ ਦੇ ਦਿਲ ਵਿੱਚ ਆ ਜਾਂਦੀ ਹੈ, ਔਰ ਅਸੀਂ ਬੰਦੇ ਤਾਂ ਜ਼ਰੂਰ ਹੈਗੇ ਹਾਂ, ਲੇਕਿਨ ਸਾਡਾ ਪਰਛਾਵਾਂ, ਸਾਡਾ ਖੂਨ ਪਸੀਨਾ ਸਾਡੇ ਖਿਆਲਾਂ ਦੇ ਮੁਤਾਬਕ ਹੈ। ਸਾਡੇ ਖਿਆਲਾਂ ਦੇ ਮੁਤਾਬਕ ਹੀ ਸਾਡਾ ਪਰਛਾਵਾਂ ਵੀ ਹੈ, ਔਰ ਸਾਡਾ ਖੂਨ ਪਸੀਨਾ ਜਿਹੜਾ ਇਹ ਵੀ ਸਾਡੇ ਖਿਆਲਾਂ ਦੇ ਮੁਤਾਬਕ ਹੈ। ਜਿਹੋ ਜਿਹੇ ਸਾਡੇ ਖਿਆਲ ਹੋਣਗੇ, ਅਗਰ ਸਾਨੂੰ ਕੋਈ ਭੈੜੇ ਖਿਆਲਾਂ ਵਾਲੇ ਦਾ ਦਰਸ਼ਨ ਹੋਏਗਾ ਤਾਂ ਸਾਡਾ ਸਮਾਂ ਜਿਹੜਾ ਉਹ ਚੰਗਾ ਨਹੀਂ ਲੰਘੇਗਾ, ਉਹ ਵਕਤ ਸਾਨੂੰ ਚੰਗਾ ਨਹੀਂ ਲੰਘੇਗਾ। ਅਗਰ ਕੋਈ ਨੇਕ ਪਾਕ ਬੰਦਾ ਸਰੀ ਬੰਦਾ ਅੱਛਾ ਮਾਲਕ ਦੇ ਭੈ ਵਾਲਾ ਅਗਰ ਸਾਨੂੰ ਉਹਦਾ ਦਰਸ਼ਨ ਹੋਏਗਾ ਤਾਂ ਹੋ ਸਕਦਾ ਹੈ ਸਾਡਾ ਉਹ ਸਮਾਂ, ਸਾਡਾ ਦਿਨ ਜਿਹੜਾ ਸੌਖਾ ਲੰਘ ਜਾਏ। ਇਸੇ ਵਾਸਤੇ ਅਸੀਂ ਬਾਣੀ ਦੁਆਰੇ ਇਹ ਸ਼ਬਦ ਸੁਣਦੇ ਹਾਂ, ਮਹੀਨਾ ਸੁਣਦੇ ਹਾਂ ਕਿ ਹੈ ਮਾਲਕ ਸਾਡੇ ਉੱਤੇ ਤੂੰ ਕਿਰਪਾ ਕਰ। ਇਹ ਜਿਹੜਾ ਮੌਸਮ ਸਾਡੇ 'ਤੇ ਆਇਆ ਹੈ, ਇਹ ਸਮਾਂ ਜਿਹੜਾ ਸਾਡੇ 'ਤੇ ਆਇਆ ਹੈ, ਇਹ ਸੁੱਖ ਸ਼ਾਂਤੀ ਦਾ ਲੰਘ ਜਾਏ, ਇਹ ਪਿਆਰ ਦਾ ਲੰਘ ਜਾਏ, ਤਾਂ ਕਿ ਸਾਡੀ ਰੁਚੀ, ਸਾਡਾ ਖਿਆਲ ਸਤਿਗੁਰ ਦੇ ਚਰਨਾਂ ਵਿੱਚ ਰਹੇ। ਅਸੀਂ ਇਹ ਮੰਗੀਏ, ਇਹ ਮੰਗ ਮੰਗੀਏ ਉਸ ਪਰਮਾਤਮਾ ਪਾਸੋਂ ਕਿ ਸਾਡਾ ਧਿਆਨ ਜਿਹੜਾ ਹੈ ਇਹ ਕਿਸੇ ਗਲਤ ਪਾਸੇ ਨਾ ਜਾਏ, ਔਰ ਸਤਿਗੁਰ ਦੀ ਸ਼ਰਨ ਵਿੱਚ ਰਹੇ। ਔਰ ਅਸੀਂ ਸੁੱਖ ਲਈਏ, ਸੁੱਖ ਸਤਿਗੁਰ ਕੀ ਸ਼ਰਨੀ ਪਾਪੀ ਜਿਉੜਿਆ। ਅਗਰ ਤੂੰ ਸੁੱਖ ਲੈਣਾ ਹੈ ਤੇ ਸਤਿਗੁਰ ਦੀ ਸ਼ਰਨ ਵਿੱਚੋਂ ਮਿਲੇਗਾ, ਜੇ ਦੁੱਖ ਲੈਣਾ ਹੈ ਤੇ ਠੀਕ ਸ਼ਰਨ ਛੱਡ ਦੇ, ਫਿਰ ਸ਼ਰਨ ਤੂੰ ਵਿਛੜ ਜਾ। ਗੁਰੂ ਨਾਨਕ ਦੇਵ ਜੀ ਵਿਛੜਿਆ ਹੋਇਆਂ ਦਾ ਬਸੋਸ ਕੀਤਾ ਹੈ, ਇੱਕ ਨਦੀਆਂ ਦਾ ਵੀ ਬਸੋਸ ਕੀਤਾ, ਸੰਤਾਂ ਮਹਾਂਪੁਰਖਾਂ ਨੂੰ ਹਰ ਚੀਜ਼ ਦਾ ਬਸੋਸ ਆਉਂਦਾ ਹੈ। ਇੱਕ ਨਦੀ ਦੇ ਕਿਨਾਰੇ ਕਿਨਾਰੇ ਗੁਰੂ ਸਾਹਿਬ ਜੀ ਜਾ ਰਹੇ ਸਨ, ਉਸ ਦੇ ਅੱਗੇ ਦੋ ਬਹਿਣ ਬਣ ਗਏ, ਉੱਥੇ ਖਲੋ ਕੇ ਗੁਰੂ ਸਾਹਿਬ ਨੇ ਕਿਹਾ, ਨਦੀ ਵਾਹਿਬ ਸੁਣੀ ਹੈ ਸੰਜੋਗੀ ਮੇਲੇ ਨਾਮ। ਹੈ ਨਦੀਏ, ਅੱਗੇ ਤੂੰ ਇੱਕ ਸੀ, ਹੁਣ ਦੋ ਹੋ ਗਈਆਂ, ਹੁਣ ਤੁਹਾਡਾ ਸੰਜੋਗੀ ਮੇਲਾ। ਹੁਣ ਮੇਲਾ ਮੁਸ਼ਕਲ ਹੈ, ਵਿਛੜਿਆ ਦਾ ਮੇਲਾ ਮੁਸ਼ਕਲ ਹੋ ਜਾਂਦਾ ਹੈ, ਪਤਾ ਨਹੀਂ ਕਿੱਧਰ ਜਾਣਾ ਹੈ, ਕਿੱਧਰ ਨਹੀਂ ਜਾਣਾ, ਕੀ ਪਤਾ ਕਿੱਧਰ ਜਾਣਾ ਹੈ। ਇਸ ਵਾਸਤੇ ਮਹਾਂਪੁਰਖ ਜਦ ਵੀ ਆਉਂਦੇ ਹੈ ਉਹ ਸਾਨੂੰ ਵਿਛੜਿਆ ਹੋਇਆਂ ਨੂੰ ਇਕੱਠੇ ਕਰਦੇ ਹੈ, ਸਾਨੂੰ ਮਿਲਾਉਂਦੇ ਹੈ, ਉਹ ਸਤਿਗੁਰ ਦੀ ਸ਼ਰਨ ਵਿੱਚ ਸਾਨੂੰ ਇਕੱਠਾ ਕਰਦੇ ਹੈ ਜਿੱਥੇ ਸਾਨੂੰ ਸੁੱਖ ਮਿਲਣਾ ਹੈ। ਸ਼ਰਨ ਤੋਂ ਵਿਛੜ ਕੇ ਅਸੀਂ ਦੁਖੀਏ, ਸਾਨੂੰ ਸੁੱਖ ਨਹੀਂ ਮਿਲੇਗਾ। ਸਾਰੇ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ 'ਚ ਫਰਮਾਇਆ ਹੈ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਹੁਦਾਰ।
ਜੋ ਕਿਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਗਿਆ, ਜਿਸ ਨੇ ਨਾਮ ਜਪ ਲਿਆ, ਉਹ ਸੁੱਖ ਲੈ ਗਿਆ। ਅਤੇ ਬਾਕੀ ਸਾਰਾ ਹੀ ਸੰਸਾਰ ਦੁਖੀ ਹੈ, ਖਾਏ ਕੋਈ ਹਿੰਦੂ ਹੈ, ਮੁਸਲਮਾਨ ਹੈ, ਕੋਈ ਗਰੀਬ ਹੈ, ਅਮੀਰ ਹੈ, ਕੋਈ ਰਾਜਾ ਮਹਾਰਾਜਾ ਹੈ, ਕੋਈ ਸ਼ਾਹੂਕਾਰ ਸੇਠ ਹੈ, ਜੋ ਮਰਜ਼ੀ ਹੈ। ਉਹਨੂੰ ਸੰਸਾਰ ਦੱਸਿਆ ਹੈ। ਸੰਤਾਂ ਦੀ ਬਾਣੀ ਇਸੇ ਵਾਸਤੇ ਬੜੀ ਮਿੱਠੀ ਪਿਆਰੀ ਲੱਗਦੀ ਹੈ ਕਿ ਉਹਨਾਂ ਦੇ ਵਿੱਚ ਕੋਈ ਪਕਸ਼ਪਾਤ ਨਹੀਂ। ਉਹਨਾਂ ਕਿਸੇ ਜਮਾਤ ਦੀ ਨਿੰਦਿਆ ਨਹੀਂ ਕੀਤੀ, ਕਿਸੇ ਸਮਾਜ ਦੀ ਨਿੰਦਿਆ ਨਹੀਂ ਕੀਤੀ, ਕਿਸੇ ਬੰਦੇ ਦੀ ਨਿੰਦਿਆ ਨਹੀਂ ਕੀਤੀ। ਉਹਨਾਂ ਜੋ ਕੁਛ ਕਿਹਾ ਸਾਂਝਾ ਕਿਹਾ, ਉਹਨਾਂ ਨੇ ਸਾਂਝਾ ਕਿਹਾ ਹੈ ਔਰ ਸਾਰੇ ਸੰਸਾਰ ਨੂੰ ਕਿਹਾ। ਮਹਾਰਾਜ ਤੀਸਰੀ ਪਾਤਸ਼ਾਹੀ ਬਾਣੀ 'ਚ ਫਰਮਾਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਅੰਗ ਕੱਪੜ ਚੜ੍ਹਾਏ। ਐ ਪੁਰਸ਼, ਤੇਰਾ ਤ੍ਰਿਗ ਖਾਣਾ ਔਰ ਤ੍ਰਿਗ ਖਾ ਕੇ ਸੌਂ ਰਹਿਣਾ, ਔਰ ਤ੍ਰਿਗ ਹੀ ਚੰਗੇ ਚੰਗੇ ਕੱਪੜੇ ਲਗਾਉਣੇ ਜੇ ਤੂੰ ਨਾਮ ਨਹੀਂ ਜਪਿਆ। ਨਾਮ ਦੇ ਬਿਨਾਂ ਸਾਡਾ ਖਾਣਾ ਪੀਣਾ ਵੀ ਸੰਤਾਂ ਨੇ ਤ੍ਰਿਕਿਆ। 10,000 ਫਟਕਾਰ ਕਹੋ, ਇੱਕ ਤ੍ਰਿਗ ਬਣਦੀ ਹੈ। ਦੇਖੋ ਕਿਹੜੀ ਵੱਡੀ ਅਲਾਹਣਤ ਹੈ। ਔਰ ਕਿਸੇ ਦਾ ਨਾਂ ਨਹੀਂ ਲਿਆ, ਕਿਸੇ ਸਮਾਜ ਦਾ ਨਹੀਂ, ਕਿਸੇ ਜਮਾਤ ਦਾ ਨਹੀਂ, ਕਿਸੇ ਪਾਰਟੀ ਦਾ ਨਹੀਂ, ਕਿਸੇ ਹਿੰਦੂ ਮੁਸਲਮਾਨ ਦਾ ਨਹੀਂ। ਉਹਨਾਂ ਸਾਂਝਾ ਕਿਹਾ ਹੈ। ਅਸੀਂ ਆਮ ਲੋਕ ਪ੍ਰਚਾਰ ਕਰਦੇ ਹਾਂ, ਨਾਂ ਲੈ ਕੇ ਨਿੰਦਿਆ ਕਰਦੇ ਹਾਂ, ਕਿਸੇ ਸਮਾਜ ਦੀ ਨਿੰਦਿਆ ਕਰਦੇ ਹਾਂ, ਕਿਸੇ ਮਹਾਤਮਾ ਦੀ ਨਿੰਦਿਆ ਕਰਦੇ ਹਾਂ, ਕਿਸੇ ਰਿਸ਼ੀ ਮੁਨੀ ਦੀ ਨਿੰਦਿਆ ਕਰਦੇ ਹਾਂ। ਲੇਕਿਨ ਸੰਤਾਂ ਨੇ ਜਿਹਨੇ ਨਾਮ ਜਪਿਆ ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ। ਇੱਕ ਵਾਰ ਹਜ਼ੂਰ ਮਹਾਰਾਜ ਬਾਬਾ ਸੋਹਣ ਸਿੰਘ ਦੇ ਪਾਸ ਇੱਕ ਬੀਬੀ ਗਏ ਹੋਈ ਸੀ। ਉਹ ਕਹਿਣ ਲੱਗੀ, ਸੱਚੇ ਪਾਤਸ਼ਾਹ, ਇੱਕ ਮੈਂ ਹੀ ਘਰ ਦੇ ਵਿੱਚ ਆਉਂਦੀ ਹਾਂ ਅਤੇ ਬਾਕੀ ਮੇਰੇ ਘਰ ਦੇ ਸਾਰੇ ਮਨਮੁੱਖ ਨੇ। ਅਤੇ ਹਜ਼ੂਰ ਨੇ ਉਸ ਨੂੰ ਕਿਹਾ, ਬੀਬੀ ਤੂੰ ਇੱਦਾਂ ਨਾ ਕਹੋ, ਮਨਮੁੱਖ ਨਾ ਕਹੋ, ਕਿਸੇ ਵੇਲੇ ਉਹ ਵੀ ਗੁਰਮੁਖ ਬਣ ਸਕਦੇ ਹੈ। ਤੂੰ ਮਨਮੁੱਖ ਨਾ ਕਹੋ, ਵੀ ਸਾਡੇ ਜੀਵ ਹੈਗੇ, ਉਹ ਵੀ ਸਾਡੇ ਹੈ, ਉਹ ਕਿਸੇ ਵੇਲੇ ਗੁਰਮੁਖ ਬਣ ਸਕਦੇ ਹੈ। ਹਜ਼ੂਰ ਦਾ ਇਹ ਮੁਖਵਾਕ ਉਹਨਾਂ ਦੇ ਹੈ। ਕਿਸੇ ਨੂੰ ਜਦੋਂ ਕਹਿੰਦੇ ਹੁੰਦੇ, ਜਗਿਆਸੂ ਕਹਿੰਦੇ ਹੁੰਦੇ ਸੀ, ਉਹ ਮਨਮੁੱਖ ਨਹੀਂ ਸੀ ਕਹਿੰਦੇ, ਜਗਿਆਸੂ ਕਹਿੰਦੇ ਸਨ। ਜਗਿਆਸੂ ਦਾ ਮਕਸਦ ਕੀ ਹੈ? ਕੁਛ ਜਾਗ ਪਏ, ਕੁਛ ਜਾਗਣ ਵਾਲੇ। ਜਿਸ ਤਰ੍ਹਾਂ ਅਸੀਂ ਘਰਾਂ ਦੇ ਵਿੱਚ, ਕੋਈ ਸਿਆਣਾ ਬੰਦਾ ਸਵੇਰੇ ਉੱਠ ਬਹਿੰਦਾ, ਕੋਈ ਉਹਦੇ ਪਿੱਛੋਂ ਉੱਠਦਾ ਹੈ, ਕੋਈ ਉਹਦੇ ਪਿੱਛੋਂ ਉੱਠਦਾ, ਅਤੇ ਕਈਆਂ ਬੱਚਿਆਂ ਨੂੰ ਪਾਣੀ ਦੇ ਸੱਟੇ ਮਾਰ ਕੇ ਉੱਤੋਂ ਉਠਵਾਲਣਾ ਪੈਂਦਾ ਹੈ। ਇਸ ਤਰ੍ਹਾਂ ਦਾ ਇਹ ਜੀਵ ਜਿਹੜਾ ਹੈ, ਕਈ ਤਾਂ ਉੱਠੇ ਹੈ, ਉਹ ਨਾਮ ਜਪਦੇ ਸੰਤਾਂ ਦੀ ਸ਼ਰਨ ਵਿੱਚ ਆ ਗਏ, ਕਈ ਆਉਣ ਵਾਲੇ ਹੁੰਦੇ ਹੈ। ਹਜ਼ੂਰ ਕਹਿੰਦੇ, ਬੀਬੀ ਇੱਦਾਂ ਨਾ ਕਹੋ, ਕਦੇ ਉਹ ਵੀ ਗੁਰਮੁਖ ਬਣ ਸਕਦੇ ਹੈ। ਦੇਖੋ ਸੰਤਾਂ ਦਾ ਕਿੰਨਾ ਉੱਚੇ ਖਿਆਲ ਹੈਗੇ ਕਿ ਅਸੀਂ ਕੀ ਕਹਿੰਦੇ ਹਾਂ, ਸਾਡੇ ਪ੍ਰਚਾਰ ਕੀ ਕਹਿੰਦੇ ਹੈ। ਅਸੀਂ ਜਦ ਪ੍ਰਚਾਰ ਕਰਦੇ ਹਾਂ, ਅਸੀਂ ਕਿਸੇ ਸਾਧੂ ਦੀ ਨਿੰਦਿਆ ਕਰਾਂਗੇ, ਕਿਸੇ ਰਿਸ਼ੀ ਮੁਨੀ ਦੀ ਨਿੰਦਿਆ ਕਰਾਂਗੇ, ਕਿਸੇ ਸਮਾਜ ਦੀ ਨਿੰਦਿਆ ਕਰਾਂਗੇ, ਕਿਸੇ ਨਾ ਕਿਸੇ ਦੀ ਜ਼ਰੂਰ ਅਸੀਂ ਨਿੰਦਿਆ ਕਰਾਂਗੇ। ਭਾਈ ਐਸੇ ਪ੍ਰਚਾਰਕ ਦੀ, ਐਸੇ ਪ੍ਰਚਾਰਕ ਦਾ ਪ੍ਰਚਾਰ ਸੁਣਨ ਵਾਸਤੇ ਬੰਦੇ ਨੂੰ ਕਦੇ ਵੀ ਸਮਾਂ ਨਹੀਂ ਆਪਣਾ ਖਰਾਬ ਕਰਨਾ ਚਾਹੀਦਾ, ਕਿਉਂਕਿ ਜਿਹੜਾ ਐਸਾ ਪ੍ਰਚਾਰ ਸੁਣਦਾ ਹੈ ਉਹ ਕੋਈ ਫਾਇਦਾ ਨਹੀਂ ਲੈਂਦਾ। ਪ੍ਰਚਾਰ ਦੇ ਵਿੱਚੋਂ ਤੋ ਕਿਸੇ ਨੂੰ ਪਿਆਰ ਆਉਣਾ ਚਾਹੀਦਾ, ਮਾਲਕ ਦਾ ਪਿਆਰ ਆਉਣਾ ਚਾਹੀਦਾ, ਤਾਂ ਕਿ ਉਹ ਬਜਾਏ ਪਿਆਰ ਦੇ ਦੁਖੀ ਹੋ ਕੇ ਜਾਵੇ, ਕੀ ਫਾਇਦਾ ਹੈਗਾ। ਕਿਸੇ ਵੀ ਸਮਾਜ ਦਾ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਉਸ ਨੂੰ ਬਾਹਰ ਜਾ ਕੇ ਜੇ ਉਹ ਤਾਰੀਫ ਨਾ ਕਰ ਸਕੇ ਤਾਂ ਉਹਨੂੰ ਨਿੰਦਿਆ ਦੀ ਗੁੰਜਾਇਸ਼ ਵੀ ਨਹੀਂ ਹੋਣੀ ਚਾਹੀਦੀ। ਕਿਉਂ ਕਿ ਜਦ ਕਿਸੇ ਪਾਰਟੀ ਦੀ, ਕਿਸੇ ਸਮਾਜ ਦੀ
ਕਿਸੇ ਸਾਧੂ, ਕਿਸੇ ਰਿਸ਼ੀ ਮੁਨੀ, ਕਿਸੇ ਹੌਲੀ ਆਪਾਂ ਕਮਰ ਦੀ ਕੋਈ ਨਿੰਦਿਆ ਨਾ ਕਰੇਗਾ ਤੇ ਉਹਨੂੰ ਗੱਲ ਕਰਨ ਦੀ ਗੁੰਜਾਇਸ਼ ਨਹੀਂ ਮਿਲੇਗੀ। ਹੁਣ ਉਹਦੇ ਪਾਸ਼ਕ ਨੂੰ ਕੋਈ ਵੀ ਹੈ, ਉਹਦੇ ਪਾਸ਼ਕ ਨੂੰ ਉਹਨੂੰ ਨਿੰਦਿਆ ਕਰਨ ਦੀ ਗੁੰਜਾਇਸ਼ ਨਹੀਂ ਮਿਲੇਗੀ। ਇਸ ਵਾਸਤੇ ਸਤਸੰਗ ਦਾ ਮਕਸਦ ਕੀ ਹੈ ਕਿ ਅਸੀਂ ਸਤ ਨਾਲ ਸੰਗ ਕਰਨਾ ਹੈ, ਅਸੀਂ ਪਿਆਰ ਕਰਨਾ ਹੈ ਸਾਰਿਆਂ ਨੇ, ਜਿਹੜਾ ਨਹੀਂ ਕਰਦਾ ਉਹਦੇ ਨਾਲ ਵੀ ਅਸੀਂ ਪਿਆਰ ਕਰਨਾ, ਅਸੀਂ ਉਹਨੂੰ ਤਾਨੇ ਮਿਹਣੇ ਨਹੀਂ ਮਾਰਨੇ। ਤਾਂ ਕਿ ਸਤਸੰਗ ਵਿੱਚ ਕੋਈ ਪਿਆਰ ਲੈ ਕੇ ਜਾਏ, ਉਹ ਬਾਹਰ ਜਾ ਕੇ ਵੀ ਕਿਸੇ ਨੂੰ ਸੁਣਾਵੇ, ਉਹ ਦੂਜੀ ਵਾਰ ਦੂਸਰੇ ਬੰਦੇ ਨੂੰ ਲੈ ਕੇ ਨਾ ਲਾਵੇ। ਦੇਖੋ ਮਹਾਂਪੁਰਖਾਂ ਦੀ ਬਾਣੀ ਜਿਹੜੀ ਹੈ, ਕਿਸੇ ਤੁਸੀਂ ਮੁਸਲਮਾਨਾਂ ਫਕੀਰਾਂ ਦੀ ਬਾਣੀ ਪੜ੍ਹ ਲਓ, ਹਿੰਦੂਆਂ ਦੀ ਬਾਣੀ ਪੜ੍ਹ ਲਓ, ਕਿਸੇ ਦੇ ਤੁਸੀਂ ਗ੍ਰੰਥ ਪੋਥੀ ਪੜ੍ਹ ਲਓ, ਕਿਤੇ ਵੀ ਕਿਸੇ ਨੇ ਨਿੰਦਿਆ ਨਹੀਂ ਲਿਖੀ ਔਰ ਨਾ ਹੀ ਗੁਰਮੁਖਾਂ ਨੇ ਨਿੰਦਿਆ ਕੀਤੀ ਹੈਗੀ ਹੈ। ਉਹਨਾਂ ਆਪਣੇ ਮੁਰਸ਼ਦ ਦੀ ਤਾਰੀਫ ਕੀਤੀ ਹੈ, ਹਰ ਇੱਕ ਮਹਾਂਪੁਰਖ ਨੇ ਆਪਣੇ ਮੁਰਸ਼ਦ ਦੀ ਤਾਰੀਫ ਕੀਤੀ ਹੈ। ਔਰ ਕਿਉਂ ਕੀਤੀ ਹੈ? ਉਹਨਾਂ ਨੇ ਜੋ ਕੁਛ ਪਾਇਆ ਮੁਰਸ਼ਦ ਪਾਸੋਂ ਪਾਇਆ। ਹਜ਼ੂਰ ਮਹਾਰਾਜ ਬਾਬੇ ਸੋਹਣ ਸਿੰਘ ਨੂੰ ਇੱਕ ਵਾਰ ਬਾਬੇ ਜੈਮਲ ਸਿੰਘ ਨੇ ਕਿਹਾ ਕਿ ਭਜਨ ਕਰ, ਲੇਕਿਨ ਇਹ ਨਾ ਕਮੀ ਕਿ ਮੈਂ ਕਰ ਰਿਹਾ, ਤੂੰ ਸਤਿਗੁਰ ਦੀ ਦਿਆ ਨਾਲ ਰੱਖੀ, ਸਤਿਗੁਰ ਦਾ ਆਸਰਾ ਨਾ ਛੱਡੀ, ਸਤਿਗੁਰ ਦੀ ਮਿਹਰ ਲਈ। ਇਹ ਨਾ ਕਹੀ ਕਿ ਮੈਂ ਕਰ ਰਿਹਾ, ਕਰ ਜ਼ਰੂਰ, ਲੇਕਿਨ ਇਹ ਨਾ ਕਹੀ ਕਿ ਮੈਂ ਕਰ ਰਿਹਾ। ਸਾਡੇ ਵਿੱਚ ਜਦੋਂ ਮੈਂ ਆ ਜਾਂਦੀ ਹੈ, ਉਦੋਂ ਸਾਡੇ ਪੱਲੇ ਕੱਖ ਨਹੀਂ ਰਹਿੰਦਾ, ਉਹ ਮੈਂ ਸਾਨੂੰ ਖਰਾਬ ਕਰ ਦਿੰਦੀ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਕਿ ਮੈਂ ਬੱਕਰੀ ਨੇ ਕੀਤਾ, ਜਾਓ ਬੱਕਰੀ ਦੀ ਹਾਲਤ ਕੀ ਹੁੰਦੀ ਹੈ, ਜਾਓ ਦੇਖੋ ਜਾ ਕੇ। ਪੁੱਠੀ ਖਲ ਲਾਈ ਜਾਂਦੀ ਹੈ, ਕੋਈ ਨੁਕਸਾਨ ਨਹੀਂ, ਪੱਤਖੋਰ ਖਾ ਕੇ ਗੁਜ਼ਾਰਾ ਕਰਦੀ ਹੈ, ਲੇਕਿਨ ਉਹਦੇ ਵਿੱਚ ਮੈਂ, ਆਵਾਜ਼ ਉਹਦੀ ਮੈਂ ਦੀ ਹੈ, ਪਰ ਉਹਦੀ ਹਾਲਤ ਕੀ ਹੋਈ ਹੈ? ਪੁੱਠੀ ਖਲ ਲਾਈ ਗਈ ਔਰ ਜ਼ਰਾ ਜ਼ਰਾ ਉਸਨੂੰ ਕੱਟਿਆ ਗਿਆ, ਹੰਡੀਆਂ 'ਚ ਚੜ੍ਹਨਾ ਪਿਆ। ਇਸ ਵਾਸਤੇ ਸੰਤ ਮਹਾਂਪੁਰਖ ਸਾਨੂੰ ਕਹਿੰਦੇ, ਮੈਂ ਨਾ ਕਹੋ ਤੂੰ ਕਹੋ, ਲੱਭਦੇ ਹੈ ਕਿ ਤੂੰ, ਮੈਂ ਨਹੀਂ ਤੂੰ ਹੈ। ਹਰ ਇੱਕ ਮਹਾਂਪੁਰਖ ਨੇ ਆਪਣੇ ਸਤਿਗੁਰ ਦੀ ਤਾਰੀਫ ਕੀਤੀ ਹੈ, ਕਿਉਂਕਿ ਉਹਨਾਂ ਨੂੰ ਮਿਲਿਆ ਹੀ ਸਤਿਗੁਰ ਪਾਸੋਂ ਸਭ ਕੁਛ, ਉਹ ਤਾਰੀਫ ਕਿਹਦੀ ਕਰ? ਉਹਨਾਂ ਆਪਣੇ ਆਪ ਦੀ ਤਾਰੀਫ ਨਹੀਂ ਕੀਤੀ। ਪੀਖੇ ਫਕੀਰ ਦਾ ਤਲਬ ਹੋਇਆ ਸਰਮਦ, ਉਹਨੇ 24 ਘੰਟੇ ਯਾ ਪੀਖ ਯਾ ਪੀਖ ਯਾ ਪੀਖ ਕਿਹਾ। ਉਹਨਾਂ ਪੀਖ ਦਾ ਹੀ ਨਾਮ ਜਪਿਆ ਹੈਗਾ, ਉਹਨਾਂ ਨੇ ਕੋਈ ਅੱਲਾਹ ਖੁਦਾ ਪਰਮਾਤਮਾ ਰਾਮ ਰਹੀਮ ਕੁਛ ਨਹੀਂ ਕਿਹਾ, ਇਹ ਕਿਹਾ ਯਾ ਪੀਖ ਯਾ ਪੀਖ, 24 ਘੰਟੇ ਉਹੀ ਨਾਮ ਜਪਿਆ। ਔਰ ਵੀ ਤੁਸੀਂ ਮਹਾਤਮਾ ਦੀਆਂ ਬਾਣੀਆਂ ਲਾਓ, ਹਰ ਇੱਕ ਬਾਣੀ ਜਿਹੜੀ, ਹਰ ਇੱਕ ਮਹਾਤਮਾ ਆਪਣੇ ਸਤਿਗੁਰ ਦੀ ਤਾਰੀਫ ਕਰਦੇ, ਕਿਉਂਕਿ ਅਸੀਂ ਕਿਸੇ ਜੋਗੇ ਨਹੀਂ, ਅਸੀਂ ਤੇ ਹਾਲੇ ਉਸ ਚੀਜ਼ ਨੂੰ ਕੰਟਰੋਲ ਹੀ ਨਹੀਂ ਕਰ ਸਕੇ ਜਿਸ ਨੇ ਸਾਨੂੰ ਗੇਰਨਾ ਹੈ। ਅਸੀਂ ਤੇ ਉਸ ਚੱਕਰ ਵਿੱਚ ਫਸੇ ਹੈਗੇ ਹਾਂ, ਸਾਡਾ ਤੇ ਫਰਜ਼ ਹੈ ਅਸੀਂ ਕਦਮ ਕਦਮ ਸਾਹ ਤੇ ਚਲਦੇ ਫਿਰਦੇ ਸਤਿਗੁਰ ਦਾ ਆਸਰਾ ਨਾ ਛੱਡੀਏ ਤੇ ਬਚ ਜਾਵਾਂਗੇ। ਜੇ ਅਗਰ ਸਤਿਗੁਰ ਦਾ ਆਸਰਾ ਛੱਡ ਦਿਆਂਗੇ ਤੇ ਫਿਰ ਅਸੀਂ ਬਚ ਨਹੀਂ ਸਕਦੇ, ਮਨ ਸਾਨੂੰ ਆਪਣੇ ਮਤੌਜ ਕਰ ਲਏਗਾ, ਮਨ ਸਾਡੇ ਤੇ ਸਵਾਰ ਹੋ ਜਾਏਗਾ, ਜੋ ਮਰਜ਼ੀ ਇਹ ਮਨ ਫਿਰ ਕਹਿ ਸਕਦੇ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਾਚ ਰੰਗ, ਏਕੋ ਨਾਮ ਆਧਾਰ।
ਫਟਦੇ ਸ਼ਬਦ ਸਾਰੇ। ਦੇਖਿਆ ਰੰਗ ਕੁੜਾਵਿਆ ਦੇਸਣ ਸਬੇਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਿਨ ਪ੍ਰਭ ਸੰਗ ਮਾਲਿਆ ਸਮਰਾਤ ਪੁਰਖ ਅਪਾਰ ਹਰ ਮਿਲਨੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਗੁਰੂ ਸਾਹਿਬ ਜੀ ਉਹਨਾਂ ਦੀ ਤਾਰੀਫ ਕੀਤੀ ਹੈ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਪਾਇਆ, ਉਹਨਾਂ ਤੋਂ ਕੁਰਬਾਨ ਕਿਹਾ ਹੈ ਕਿ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾਇਆ, ਆਪਣੇ ਮਾਲਕ ਨੂੰ ਪਾਇਆ ਹੈ, ਅਸੀਂ ਉਹਨਾਂ ਤੋਂ ਕੁਰਬਾਨ ਹਾਂ। ਉਹਨਾਂ ਕਿਸੇ ਸ਼ਾਹੂਕਾਰ ਦੀ ਤਾਰੀਫ ਨਹੀਂ ਕੀਤੀ, ਕਿਸੇ ਰਾਜੇ ਮਹਾਰਾਜੇ ਦੀ ਤਾਰੀਫ ਨਹੀਂ ਕੀਤੀ, ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ। ਜਿਹਨਾਂ ਆਪਣੇ ਮਾਲਕ ਨੂੰ ਪਾ ਲਿਆ, ਮਿਹਨਤ ਕੀਤੀ, ਗੁਰੂ ਸਾਹਿਬ ਜੀ ਫਰਮਾਉਂਦੇ ਅਸੀਂ ਉਹਨਾਂ ਤੋਂ ਕੁਰਬਾਨ ਹਾਂ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਗੁਰੂ ਸਾਹਿਬ ਜੀ ਸਾਵਣ ਦਾ ਮਹੀਨਾ, ਇਹ ਮਨੁੱਖਾ ਜਨਮ, ਉਹਨਾਂ ਨੂੰ ਸੁਹਾਗ, ਉਹਨਾਂ ਨੂੰ ਸੋਹਣਾ, ਉਹਨਾਂ ਨੂੰ ਅੱਛਾ ਹੈ ਕਿ ਜਿਹਨਾਂ ਦਾ ਰਾਮ ਨਾਮ ਦਾ ਹੁਦਾਰ ਹੈ, ਜਿਹਨਾਂ ਦਾ ਭਾਈ ਆਪਣੇ ਸਤਿਗੁਰ ਨਾਲ ਪਿਆਰ ਹੈ, ਔਰ ਉਹਨਾਂ ਪਾਸੋਂ ਸਲਾਹ ਮਸ਼ਵਰਾ ਲੈ ਕੇ ਜਿਹਨਾਂ ਨੇ ਨਾਮ ਜਪਿਆ ਹੈ, ਦਿਨ ਰਾਤ ਮਿਹਨਤ ਕੀਤੀ ਹੈ, ਇਹ ਮਨੁੱਖਾ ਜਨਮ ਉਹਨਾਂ ਵਾਸਤੇ ਫਾਇਦਾ ਹੈ। ਔਰ ਜਿਹਨਾਂ ਦਾ ਕੋਈ ਐਸਾ ਪਿਆਰ ਨਹੀਂ, ਜਿਹਨਾਂ ਨੂੰ ਕੋਈ ਐਸਾ ਸਾਧੂ ਨਹੀਂ ਮਿਲਿਆ, ਉਹਨਾਂ ਦਾ ਮਨੁੱਖਾ ਜਨਮ ਜੇ ਆਏ ਜੇ ਚਲਾ ਗਿਆ, ਜਿਸ ਤਰ੍ਹਾਂ ਕੁੱਤੇ ਬਿੱਲੇ ਪਸ਼ੂ ਪਰਿੰਦੇ ਦੁਨੀਆਂ 'ਚ ਆਏ, ਵੈਸੇ ਇਨਸਾਨ ਵੀ ਆ ਕੇ ਚਲੇ ਗਏ। ਸਿਰ ਧੜ ਨਾਲ ਬੰਦਾ ਨਹੀਂ ਬਣਦਾ, ਬੰਦਾ ਇੱਕ ਮੁਸਲਮਾਨ ਫਕੀਰ ਨੇ ਕਿਹਾ, ਬੰਦਾ ਬੰਦਗੀ ਦਾ ਨਹੀਂ ਤਾਂ ਥੈਲਾ ਗੰਦਗੀ ਦਾ। ਇਹ ਬੰਦਾ ਸਿਰ ਧੜ ਨਾਲ ਨਹੀਂ ਬਣਦਾ, ਸਿਰ ਧੜ ਤੋਂ ਸਾਰਿਆਂ ਨੂੰ ਲੱਗਾ ਹੈਗਾ, ਕਿਹੜਾ ਜਾਨਵਰ ਆ ਜਿਹਦਾ ਸਿਰ ਧੜ ਨਹੀਂ, ਕਿਹੜਾ ਪਰਿੰਦਾ ਜਿਹਦਾ ਸਿਰ ਧੜ ਨਹੀਂ, ਕਿਹੜਾ ਕੀੜਾ ਮਕੌੜਾ ਕੁੱਤਾ ਬਿੱਲਾ ਜਿਹਦਾ ਸਿਰ ਧੜ ਨਹੀਂ। ਇਨਸਾਨ ਦਾ ਵੀ ਸਿਰ ਧੜ ਹੈ, ਔਰ ਬੰਦਾ ਬੰਦਗੀ ਦਾ ਨਹੀਂ ਤਾਂ ਥੈਲਾ ਗੰਦਗੀ ਦਾ। ਇਹ ਬੰਦਗੀ ਕਰੇ ਤਾਂ ਫਿਰ ਇਹ ਬੰਦਾ ਹੈ, ਨਹੀਂ ਤਾਂ ਕੁਛ ਵੀ ਨਹੀਂ ਹੈ। ਹਾਂਜੀ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ